ਅੱਜ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦਾ ਜਿਹੜਾ ਅਸਲੀ ਸਿੰਘ ਸਰਦਾਰ ਹੁੰਦਾ, ਫਤਿਹ ਬੁਲਾ ਕੇ ਅਗਲੀ ਗੱਲ ਕਰਦਾ ਜਦ ਖੜਾ ਵਿੱਚ ਗੁਰੂ ਦਰਬਾਰ ਹੁੰਦਾ, ਉਸ ਵੇਲੇ ਵੀ ਫਤਿਹ ਨੂੰ ਭੁੱਲਦਾ ਨਹੀਂ। ਜਦ ਲੜਦਾ ਜੰਗ ਵਿਚਕਾਰ ਹੁੰਦਾ, ਫਤਿਹ ਬਿਨਾਂ ਦੁਨੀਆਂ ਤੇ ਖਾਲਸੇ ਦਾ ਕਦੇ ਵੀ ਨਹੀਂ ਬੇੜਾ ਪਾਰ ਹੁੰਦਾ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ 12,373 ਪਿੰਡਾਂ ਦੇ ਵਿੱਚੋਂ ਧੂਟ ਕਲਾਂ ਨਾਂ ਦਾ ਪਿੰਡ ਜਿਹੜਾ ਜ਼ਿਲ੍ਹੇ ਹੁਸ਼ਿਆਰਪੁਰ ਦੇ ਵਿੱਚ ਵੱਸਦਾ, ਜਿੱਥੇ ਅੱਜ ਚੌਥੀ ਵਾਰ ਕਬੱਡੀ ਦਾ ਕੱਪ ਹੋ ਰਿਹਾ, ਕਿਤੇ ਕਨੇਡਾ ਤੋਂ ਡਾਲਰ ਆਏ ਹੋਏ ਨੇ, ਕਿਤਿਓਂ ਇੰਗਲੈਂਡ ਤੋਂ ਪਾਉਂਡ ਆਏ ਹੋਏ ਨੇ, ਕਿਤਿਓਂ ਨਿਊਜ਼ੀਲੈਂਡ ਤੋਂ ਡਾਲਰ ਆਏ ਹੋਏ ਨੇ। ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਦੇ ਨਾਲ ਇਹ ਵੱਡਾ ਕਬੱਡੀ ਕੱਪ ਹੋਣਾ ਹੈ। ਕਿਸੇ ਪੌਣੀਆਂ ਰੇਡਾਂ ਖਿੱਚ ਖਿੱਚ ਕੇ, ਕਿਸੇ ਤੋਂ ਜੱਫੇ ਲਾ ਕੇ ਧੂੜਾਂ ਨੂੰ ਪੱਟ ਹੋਣਾ। ਐਨ ਆਰ ਆਈ ਵਧਾਈ ਦੇ ਪਾਤਰ ਨੇ ਤੇ ਮੈਂ ਕੋਚ ਸਾਹਿਬ ਨੂੰ ਬੇਨਤੀ ਕਰਦਾ ਦੱਸਿਆ ਜਾਵੇ ਪਹਿਲਾ ਮੈਚ ਜਿਹੜਾ ਉਹ ਕਿਸ ਕਿਸ ਟੀਮ ਦਾ। ਦਰਸ਼ਕ ਦੇਖੋ, ਆਪਾਂ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ, ਧੰਨਵਾਦ ਜਿਹੜੇ ਕੱਲ ਵਾਲੇ ਦਿਨ ਤੋਂ ਸਾਡੇ ਨਾਲ ਜੁੜੇ ਹੋਏ ਆ। ਆਹ ਦੇਖ ਲਾ ਮੇਰੇ ਵੀਰੇ, ਕੱਲ ਵੀ ਕਿਹਾ ਸੀ ਤੇ ਅੱਜ ਵੀ ਮੈਂ ਕਹਿੰਦਾ, ਪਹਿਲੇ ਜਿਹੜੇ ਦਰਸ਼ਕ ਆ ਗਏ ਬੈਠ ਗਏ ਨਾ ਕੁਰਸੀਆਂ ਤੇ, ਬੈਠ ਗਏ ਕੁਰਸੀਆਂ ਤੇ, ਉਸ ਤੋਂ ਬਾਅਦ ਜਿਹੜੇ ਆ ਗਏ ਟਰਾਲੀਆਂ ਤੇ ਬਹਿ ਗਏ, ਜਿਹੜੇ ਉਸ ਤੋਂ ਬਾਅਦ ਆਉਣੇ ਖੜੇ ਹੋ ਜਾਣੇ, ਤੇ ਜਿਹੜੇ ਉਹ ਤੋਂ ਬਾਅਦ ਆਉਣੇ ਆ। ਆਹ ਦੇਖ ਲਓ ਬਨੇਰੇ, ਕੋਈ ਕਿਤੇ ਕੋਈ ਕਿਤੇ, ਕਿਉਂਕਿ ਦੁਨੀਆਂ ਦੇ ਸਟਾਰ ਖਿਡਾਰੀ ਦੁਆਬਾ ਏਰੀਆ ਤੇ ਕਬੱਡੀ ਨੂੰ ਪਿਆਰ ਕਰਦੇ ਆ, ਹਰ ਸਾਲ ਟੂਟਾਂ ਵਾਲਾ ਵੱਡਾ ਇਕੱਠ ਕਰਦੇ ਆ, ਕਿਉਂਕਿ ਵਧੀਆ ਪਲੇਅਰ ਦੁਨੀਆਂ ਦੇ ਸਟਾਰ ਮੈਦਾਨ ਚ ਬਿਠਾਉਂਦੇ ਆ, ਤੇ ਇਸ ਵਾਰ ਵੀ ਉਹੀ ਉਪਰਾਲਾ। ਉਹ ਮੈਂ ਨਗਰ ਨਿਵਾਸੀ ਦੇ ਇਲਾਕਾ ਨਿਵਾਸੀ ਜਿੱਥੇ ਤੱਕ ਆਵਾਜ਼ ਸੁਣਦੀ ਆ, ਸਾਊਂਡ ਮੇਰੇ ਵੀਰ ਦੀ ਇੰਨੀ ਪਿਆਰੀ, ਇੱਧਰੋਂ ਹਰਿਆਣਾ ਦਾ, ਇੱਧਰੋਂ ਗਾਂਧੀਵਾਲ, ਇੱਧਰੋਂ ਢੋਲ ਵਾਹਜਵਾੜੀ ਤੇ ਇੱਧਰੀ ਸਾਈਡ ਤੋਂ ਭਾਈ ਬੜੀ ਦੂਰ ਦੂਰ ਤੱਕ ਆਵਾਜ਼ ਪਹੁੰਚਾਤੀ ਆ। ਉਹ ਜਿੱਥੇ ਜਿੱਥੇ ਤੱਕ ਮੇਰੀ ਆਵਾਜ਼ ਸੁਣਦੀ ਆ, ਆਪਾਂ ਇਸ ਖੇਡ ਮੇਲੇ ਨਾਲ ਜੁੜੀਏ ਤੇ ਖੇਡ ਮੇਲੇ ਦੀ ਰੌਣਕ ਨੂੰ ਵਧਾਈਏ, ਖੇਡ ਮੇਲੇ ਦੀ ਰੌਣਕ ਨੂੰ ਵਧਾਈਏ। ਪ੍ਰਬੰਧਕ ਆਪਣੇ ਵੱਲੋਂ ਪੂਰੇ ਪ੍ਰਬੰਧ ਕਰਦੇ ਆ, ਤੇ ਅੱਜ ਧੂਤਾਂ ਵਾਲਿਆਂ ਦੀ ਪ੍ਰਬੰਧਕ ਕਮੇਟੀ, ਚਾਹੇ ਮੈਂ ਬਲੀ ਸਿੰਘ ਦੀ ਧੂਸਾਲਾ ਨਾਮ ਲੈ ਲਵਾਂ, ਰੋਬਿਨ ਪੈਲਸ ਵਾਲੇ ਸੋਢੀ ਮਾਵੀ ਹੁਣੀ, ਪਰਮਜੀਤ ਸਿੰਘ ਜੀ ਕੈਸ਼ੀਅਰ ਸਾਹਿਬ, ਸਾਡੇ ਸੁਖਜੀਤ ਸਿੰਘ ਜੀ ਹੁਣੀ ਮੈਂਬਰ ਪੰਚਾਇਤ, ਜਿਹਨਾਂ ਜਿਹਨਾਂ ਦਾ ਵੀ ਮੈਂ ਨਾਮ ਲੈ ਲਵਾਂ, ਅਰਵਿੰਦ ਵੀਰ ਹੁਣੀ, ਰੋਬਿਨ ਵੀਰ ਹੁਣੀ, ਉਹ ਸੂਬੇਦਾਰ ਦਰਸ਼ਨ ਸਿੰਘ ਜੀ ਹੁਣੀ, ਸਰਪੰਚ ਬਲਦੇਵ ਸਿੰਘ ਜੀ ਹੁਣੀ, ਜਿਹਨਾਂ ਜਿਹਨਾਂ ਦਾ ਵੀ ਨਾਮ ਲੈ ਲਵਾਂ। ਉਹ ਹਰ ਸਾਲ ਜਿੱਦਾਂ ਉਸਤਾਦ ਸੁਖਵੀਰ ਸਿੰਘ ਜੀ ਚੌਹਾਨ ਸਾਹਿਬ ਉਹਨਾਂ ਨੇ ਦੱਸਿਆ ਨਾ ਕਿ ਧੂਤ ਕਲਾ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਵੱਖ ਵੱਖ ਖੇਡ ਮੇਲਿਆਂ 'ਚ ਨਾਮ ਤੋਂ ਪਰਹੇਜ਼ ਕਰਦੀ, ਅੱਗੇ ਨਹੀਂ ਆਉਂਦੇ, ਬਾਈ ਨਾਮ ਨਹੀਂ ਬੁਲਾਉਣਾ ਚਾਹੁੰਦੇ, ਇੱਕ ਉੱਚੀ ਤੇ ਸੁੱਚੀ ਸੋਚ ਦੀਆਂ ਨਿਸ਼ਾਨੀਆਂ। ਇੰਨਾ ਕਿ ਇਹਨਾਂ ਦਾ ਇੱਕ ਮਨੋਰਥ ਹੁੰਦਾ ਕਿ ਪਿੰਡ ਦੇ ਵਿੱਚ ਜਿਹੜਾ ਬਾਈ ਕਬੱਡੀ ਟੂਰਨਾਮੈਂਟ ਕਰਾਉਣਾ, ਪਿੰਡ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਾਉਣਾ, ਤੇ ਬਾਕੀ ਉਹ ਦੇਖ ਲਓ ਉਹ ਅਕਾਲ ਪੁਰਖ ਨਾਮ ਤੇ ਆਪੇ ਜਦੋਂ ਸਿਰੇ ਦਾ ਕਬੱਡੀ ਕੱਪ ਹੋ ਜਾਏ ਫਿਰ ਕਿਸੇ ਕੋਈ ਅਨਾਊਂਸਮੈਂਟ ਦੀ ਲੋੜ ਨਹੀਂ ਪੈਂਦੀ, ਕੋਈ ਕੁਛ ਨਹੀਂ, ਤੇ ਗੱਲਾਂ ਹੋਰ ਹੋ ਜਾਂਦੀਆਂ। ਅੱਜ ਪੂਰੀ ਦੁਨੀਆਂ ਤੱਕ ਪਤਾ ਚੱਲ ਜਾਂਦਾ ਕਿ ਧੂਤ ਕਲਾ 'ਚ ਕਬੱਡੀ ਦਾ ਕੱਪ ਹੋਇਆ, ਕਿਉਂਕਿ ਕਬੱਡੀ 786.com ਵਾਲੇ ਨੇ ਵੀ ਕੈਮਰੇ ਕੱਲ੍ਹ ਵਾਲੇ ਦਿਨ ਤੋਂ ਹੀ ਵੱਖ ਵੱਖ ਖੇਡ ਮੇਲਿਆਂ 'ਚ ਲਾਸਟ ਦਿਨ ਕਬੱਡੀ ਦੇ ਜਿਹੜੇ ਲਾਈਵ ਚੱਲਦੇ ਮੈਚ, ਪਰ ਧੂਤਾਂ ਪਿੰਡ ਵਾਲਿਆਂ ਨੇ ਕੱਲ੍ਹ ਵੀ ਲਾਈਵ ਮੈਚ ਦਿਖਾਏ, ਤੇ ਅੱਜ ਵੀ ਮੇਰੇ ਵੀਰੋ ਅਵਤਾਰ ਸਿੰਘ ਜੀ ਧੂਨ USA ਵਾਲੇ, ਬਹੁਤ ਸਾਰਾ ਮਾਣ ਮੇਰੇ ਵਾਸਤੇ, ਆਪਾਂ ਧੰਨਵਾਦ ਕਰਦੇ ਹਾਂ ਅਵਤਾਰ ਸਿੰਘ ਜੀ ਦੀ ਦੋਸਤਾਂ, ਕੱਲ੍ਹ ਵੀ ਬਹੁਤ ਮਾਣ ਕੀਤਾ ਤੇ ਅੱਜ ਵੀ, ਤੇ ਮੈਂ ਬੇਨਤੀ ਕਰਦਾ ਕਿਉਂਕਿ ਦਰਸ਼ਕ ਆਹ ਜਿਹੜੇ ਦਰਸ਼ਕ ਹੈ ਨਾ ਉਹ ਹੁਣ ਕਬੱਡੀ ਦੇਖਣਾ ਚਾਹੁੰਦੇ ਆ, ਤੇ ਮੈਂ ਬੇਨਤੀ ਕਰਦਾ ਸਮੇਂ ਨੂੰ ਨਜ਼ਾਕਰ ਰੱਖ ਕੇ ਪਹਿਲਾ ਮੈਚ ਦੱਸਿਆ ਜਾਵੇ, ਤੇ ਆ ਦੇ
ਵੀਰ ਗਿੱਲ ਇੱਕ ਵਾਰੀ ਹਰੀਆ ਬਾਈ ਆ ਜਿਹੜੀ ਲਾਲ ਰੰਗ ਦੀ ਕੁਰਸੀ ਆ ਨਾ ਜਿੱਥੇ ਬੈਠੇ ਵਧੀਆ ਵਧੀਆ ਤਿਆਰ ਕੀਤੀਆਂ ਗਿੱਲ ਵੀਰ ਦੀਆਂ ਇਹ ਵੀ ਸਟੇਜ ਬੜੀ ਤਿਆਰ ਕੀਤੀ ਵਧੀਆ ਉਹਦਾ ਵੀ ਧੰਨਵਾਦ ਕਰਦੇ ਆ ਆਪਾਂ ਬਾਈ ਤੁਹਾਡੇ ਵਾਸਤੇ ਪ੍ਰਬੰਧ ਬੜੇ ਵਧੀਆ ਕੀਤੇ ਆ ਨਿਰਮਲ ਸਿੰਘ ਜੀ ਬਾਬਾ ਰੰਧਾਵੇ ਪਿੰਡ ਵਾਲੇ ਪੁਰਾਣੇ ਫਾਰਮ ਦੀ ਗੱਲ ਜਾਂ ਨੱਬੇ ਮਾਡਲ ਖੁਰਖਰਾਲੇ ਯੋਧੋੜਾ ਦੀ ਗੱਲ ਉਹ ਵੀ ਮੇਲਾ ਕਰਾਉਂਦੇ ਤੇ ਅੱਜ ਉਹ ਵੀ ਪ੍ਰੇਮੀ ਜਿਹੜੇ ਧੂਤਾਂ ਦੀ ਧਰਤੀ ਤੇ ਪਹੁੰਚਣਾ ਬੇਸ਼ੱਕ ਟਰੈਕਟਰ ਤਵੀਆਂ ਦੇ ਮੇਲੇ ਕਰਾਉਂਦੇ ਕਢਾਲੇ ਵਾਲੇ ਬੱਲੇ ਬੱਲੇ ਕਰਾਈ ਤੇ ਬੱਲੇ ਬੱਲੇ ਹੀ ਕਰਾਉਣੀ ਨੀ ਹਲਾ ਉਹ ਸਾਰਿਆਂ ਦਾ ਧੰਨਵਾਦ ਕਮਲੇ ਹੋਣੀ ਬਾਈ ਕਢਾਲੇ ਵਾਲਿਆਂ ਦਾ ਆਪਾਂ ਧੰਨਵਾਦ ਕਰਦੇ ਆ ਤੇ ਬੈਲ ਗੱਡੀਆਂ ਬੈਲ ਗੱਡੀਆਂ ਦੀ ਰੇਸ ਪਿਛਲੇ ਕੁਝ ਸਾਲਾਂ ਤੋਂ ਜਿੱਥੇ ਬੈਲ ਲੱਗਿਆ ਸੀਗਾ ਔਰ ਐਤਕੀ ਆਪਾਂ ਧੂਤ ਸਾਹਿਬ ਆਪਣੇ ਪਿੰਡ ਕਰਾ ਦਿੱਤੀਆਂ ਬੈਲ ਗੱਡੀਆਂ ਦੀਆਂ ਰੇਸਾਂ ਉਹ ਆਪਾਂ ਸਰਪੰਚ ਸਾਹਿਬ ਹੋਣਾ ਦਾ ਧੰਨਵਾਦ ਕਰਦੇ ਸਰਪੰਚ ਬਲਦੇਵ ਸਿੰਘ ਜੀ ਬਹੁਤ ਸਾਰਾ ਮਾਣ ਮੇਰੇ ਵਾਸਤੇ ਧੰਨਵਾਦ ਕਰਦੇ ਹਾਂ ਜੇ ਬੈਲ ਗੱਡੀਆਂ ਦੀ ਗੱਲ ਆ ਤਾਂ ਰਗਲੇ ਕਰਾਂ ਫਿਰ ਗੱਲ ਹੋਰ ਬੈਲ ਗੱਡੀਆਂ ਦੀ ਕਹਿੰਦੇ ਬਾਪੂ ਕੰਮ ਧੰਦਾ ਸਾਰਦਾ ਏ ਨਿੱਕ ਸੁੱਕ ਤੇ ਮੁੰਡਾ ਸਾਰਾ ਦਿਨ ਬਿਜ਼ੀ ਰਹਿੰਦਾ ਫੇਸਬੁੱਕ ਤੇ ਬਾਪੂ ਕੰਮ ਧੰਦਾ ਸਾਰਦਾ ਏ ਨਿੱਕ ਸੁੱਕ ਤੇ ਮੁੰਡਾ ਸਾਰਾ ਦਿਨ ਬਿਜ਼ੀ ਰਹਿੰਦਾ ਫੇਸਬੁੱਕ ਤੇ ਬਾਪੂ ਜੀ ਤਾਂ ਰੱਖਦੇ ਨੇ ਗਊ ਜਿਹਾ ਦਿਲ ਮੁੰਡਾ ਹਰ ਥਾਂ ਤੇ ਬੱਕਰੇ ਬੁਲਾਉਣ ਨੂੰ ਫਿਰੇ ਬਾਪੂ ਬਲਦਾਂ ਦੇ ਖੁਰੀਆਂ ਲਵਾਉਣ ਤੋਂ ਫਿਰਾ ਤੇ ਮੁੰਡਾ ਬੁੱਢ ਨੂੰ ਲਾਏ ਵੀ ਲੈ ਪਾਉਣ ਨੂੰ ਫਿਰੇ ਮੁੰਡਾ ਬੁੱਢ ਨੂੰ ਲਾਏ ਵੀ ਲੈ ਪਾਉਣ ਨੂੰ ਫਿਰੇ ਕੁੜੀ 500 ਦਾ ਪੱਤਾ ਫੋਨ ਦੇ ਉੱਤੇ ਰੋੜਦੀ ਮਾਂ ਧੀ ਦੇ ਵਿਆਹ ਲਈ ਫਿਰੇ ਦਾਜ ਜੋੜਦੀ ਕੁੜੀ 500 ਦਾ ਪੱਤਾ ਫੋਨ ਦੇ ਉੱਤੇ ਰੋੜਦੀ ਚੜ੍ਹਦੀ ਕਲਾ ਕਬੱਡੀ ਕਲੱਬ ਜ਼ੁਲੰਦ ਅੱਜ ਬਾਹਰ ਕੁੰਭ ਹੈ ਕਬੱਡੀ ਦਾ ਅੱਜ ਵਿਰਸੇ ਦੀਆਂ ਗੱਲਾਂ ਹੋਣਗੀਆਂ ਖੇਡ ਮੈਦਾਨ ਦੇ ਵਿੱਚ ਔਰ ਇਸ ਏਰੀਏ ਦੇ ਮਹਾਨ ਖਿਡਾਰੀਆਂ ਦੀਆਂ ਗੱਲਾਂ ਹੋਣਗੀਆਂ ਔਰ ਚੜ੍ਹਦੀ ਕਲਾ ਕਬੱਡੀ ਕਲੱਬ ਜ਼ੁਲੰਦਰ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪਹੁੰਚ ਰਹੀ ਹੈ ਔਰ ਦੂਸਰੇ ਪਾਸੇ ਸ੍ਰੀ ਗੁਰੂ ਰਾਮਦਾਸ ਸਪੋਰਟਸ ਕਲੱਬ ਅੰਮ੍ਰਿਤਸਰ ਇਹ ਜਲਦੀ ਤੋਂ ਜਲਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪਹੁੰਚ ਕਰ ਦੂਸਰੇ ਪਾਸੇ ਸ੍ਰੀ ਗੁਰੂ ਰਾਮਦਾਸ ਕਬੱਡੀ ਕਲੱਬ ਅੰਮ੍ਰਿਤਸਰ ਉਹ ਵੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪਹੁੰਚ ਰਹੀ ਹੈ ਸਪਰੇ ਪਾਣੀ ਜਿਹੜਾ ਗਰਾਊਂਡ ਦੇ ਵਿੱਚ ਪਹੁੰਚ ਚੁੱਕਾ ਹੈ ਦੋਵੇਂ ਟੀਮਾਂ ਨੂੰ ਲਾਈਨਅਪ ਕੀਤਾ ਜਾਊਗਾ ਮੈਂ ਬੇਨਤੀ ਕਰ ਰਿਹਾ ਆਫੀਸ਼ੀਅਲ ਸਾਥੀਆਂ ਨੂੰ ਕਿਹਾ ਹੁਣ ਗਰਾਊਂਡ ਦੇ ਵਿੱਚ ਇੱਕ ਲੰਬੀ ਵਿਸਲ ਦੇ ਨਾਲ ਦੋਵੇਂ ਟੀਮਾਂ ਨੂੰ ਲਾਈਨਅਪ ਕੀਤਾ ਜਾਊਗਾ ਉਸ ਤੋਂ ਬਾਅਦ ਜਿਹੜਾ ਮੈਚ ਹੈ ਉਹ ਮੈਚ ਦੀ ਸ਼ੁਰੂਆਤ ਕੀਤੀ ਜਾਵੇਗੀ ਪਹਿਲਾ ਜਿਹੜਾ ਮੈਚ ਹੈ ਮਿੱਤਰੋ ਇੱਕ ਪਾਸੇ ਮਾਝਾ ਔਰ ਦੂਸਰੇ ਪਾਸੇ ਦੁਆਬਾ ਤਕੜਾ ਮੈਚ ਖੇਡਿਆ ਜਾਣਾ ਕਿਉਂਕਿ ਵੱਡੇ ਪ੍ਰਬੰਧ ਕੀਤੇ ਗਏ ਨੇ ਔਰ ਲੰਬੀ ਸੋਤਾ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਮੁੱਖ ਸਟੇਜ ਤੇ ਆ ਜਾਣ ਜੀ ਸਰਪੰਚ ਨਿਰਮਲ ਸਿੰਘ ਜੀ ਲਿੰਬੀ ਸੋਤਲੇ ਤੋਂ ਹਾਂਜੀ ਘੁੰਮਣ ਸਾਹਿਬ ਆਈਏ ਜੀ ਤੁਸੀਂ ਜ਼ਰੂਰ ਨਾਲ ਆਉਣਾ ਕਿਉਂਕਿ ਵੱਡੀ ਜ਼ਿੰਮੇਵਾਰੀ ਤੁਸੀਂ ਨਿਭਾ ਰਹੇ ਹੋ ਬਲੀ ਸਿੰਘ ਜੀ ਧੂਤ ਸਾਹਿਬ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਗਰਾਊਂਡ ਦੇ ਵਿੱਚ ਆਉਣਾ ਅਵਤਾਰ ਸਿੰਘ ਜੀ ਧੂਤ ਸਾਹਿਬ ਅਮਰੀਕਾ ਬਾਰੇ ਔਰ ਅਰਵਿੰਦਰ ਸਿੰਘ ਜੀ ਰਵੀ ਕੈਨੇਡਾ ਇਹ ਸਾਰੀਆਂ ਮੈਦਾਨ ਹਸਤੀਆਂ ਇਹਨਾਂ ਨੌਜਵਾਨਾਂ ਨੂੰ ਅਸ਼ੀਰਵਾਦ ਦੇਣ ਦੇ ਲਈ ਪਹੁੰਚ ਗਏ ਠੀਕ ਹੈ ਸਰਦਾਰ ਸਿੰਘ ਜੀ ਧੂਤ ਸਾਹਿਬ ਜਿਨ੍ਹਾਂ ਦੇ ਵੱਲੋਂ 1 ਲੱਖ ਰੁਪਇਆ ਨਾਲੇ ਸਰਦਾਰ ਦਲਵਾਦ ਸਿੰਘ ਜੀ ਖਿਆਲਾ ਬੁਲੰਦਾ ਔਰ ਨਾਲੇ ਸੂਬੇਦਾਰ ਸਾਹਿਬ ਦਾ ਨਾਲੇ ਸਰਦਾਰ ਬਲਦੇਵ ਸਿੰਘ ਜੀ ਇਸ ਨਗਰ ਦੇ ਸਰਪੰਚ ਸਾਹਿਬ ਨੇ ਔਰ ਨਾਲੇ ਮੈਂ ਧੰਨਵਾਦ ਕਰਾਂਗਾ ਪਰਮਜੀਤ ਭਾਜੀ ਔਰ ਬਲਵੀਰ ਸਿੰਘ ਜੀ ਸੋਢੀ ਸਾਹਿਬ ਉਹ ਵੀ ਨਾਲ ਨੇ ਸੁਖਜੀਤ ਸਿੰਘ ਜੀ ਮਨਜੀਤ ਸਿੰਘ ਜੀ ਬਿੱਟੂ ਔਰ ਨਾਲੇ ਰਵਿੰਦਰ ਸਿੰਘ ਜੀ ਅਰਵਿੰਦਰ ਸਿੰਘ ਜੀ ਕੈਨੇਡਾ ਇਹਨਾਂ ਨੌਜਵਾਨਾਂ ਨੂੰ ਅਸ਼ੀਰਵਾਦ ਦੇ ਰਹੇ ਨੇ ਔਰ ਜੀ ਐਨ ਕਹਿ ਰਹੇ ਨੇ ਕਿ ਸਾਂਝੀ ਤਸਵੀਰ ਜਿਹੜੀ ਸਾਂਝੀ ਕੀਤੀ ਜਾਊਗੀ ਵੱਡੇ ਉਦਮ ਵੱਡੇ ਉਪਰਾਲੇ ਔਰ ਮੈਚ ਜਿਹੜਾ ਪਹਿਲਾ ਅੱਡੀ ਚੋਟੀ ਦਾ ਹੋ ਜਾਣ ਮੈਂ ਸਾਰੀਆਂ ਸ਼ਖਸੀਅਤਾਂ ਦਾ ਇੱਕ ਵਾਰੀ ਫੇਰ ਕੋਟਨ ਕੋਟ ਧੰਨਵਾਦ ਕਰਾਂਗਾ ਸਾਂਝੀ ਤਸਵੀਰ ਔਰ ਉਸ ਤੋਂ ਬਾਅਦ ਜਿਹੜਾ ਮੈਚ ਹੈ ਉਹ ਸ਼ੁਰੂ ਕਰਾਇਆ ਜਾਊਗਾ ਪਹਿਲਾ ਜਿਹੜਾ ਮੈਚ ਹੈ ਦੋਵੇਂ ਟੀਮਾਂ ਆਹਮੋ ਸਾਹਮਣੇ ਮੈਂ ਸਾਰੀਆਂ ਮਾਇਨਾਦ ਹਸਤੀਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਕਰਾਂਗਾ ਜਿੱਥੇ ਸੁਖਵਿੰਦਰ ਸਿੰਘ ਲਾਡੀ ਦੇਰੀਵਾਲ ਬੈਂਚ ਦਾ ਵੱਡਾ ਯੋਗਦਾਨ ਹੈ ਔਰ ਮੈਂ ਡੀ ਪੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਮੁੱਖ ਪੰਜ ਦੇ ਉੱਪਰ ਪੁੱਛਿਆ ਜਾ ਰਿਹਾ ਹੈ ਕਿ ਮੈਚ ਕਿੰਨੇ ਸਮੇਂ ਦਾ ਕਰਾਇਆ ਜਾਣਾ ਹੈ ਕਿ ਮੁੱਖ ਪੰਜ ਉੱਪਰੋਂ ਜਿਹੜਾ 15-5-15 ਜਿਹੜਾ ਫੈਡਰੇਸ਼ਨ ਦਾ ਅਸੂਲ ਔਰ 15-5-15 ਦੇ ਜਿਹੜੇ ਮੈਚ ਜੁੜ ਗਏ ਤੇ ਸਾਡੇ ਬਹੁਤ ਹੀ ਸਤਿਕਾਰਯੋਗ
बीबी मखण सिंह जी चिड़क साहब सूचना देते हुए कि 15-15 के जिहड़े बैच छुड़ गए। चढ़दी कला कबड्डी क्लब जलंधर श्री गुरु रामदास कबड्डी क्लब अमृतसर दी टीमां दे विच होण जा रहा है और दोनों टीमां आमो सामने ने। एक एक खिलाड़ी जिहड़ा है वो अड्डी चोटी का जोर अमृतसर वर्से चढ़दी कला कबड्डी क्लब जलंधर दोनों टीमां आमो सामने ने। और जिते हरदीप सियाण छोटा राजा बड़े मशहूर ने एक बार जोरदार ताड़ी पंडाल दोनों की धरती का पहली कबड्डी छोटा राजा पा रहा है। कला कला मसल पिंडे के उपर गीत गाँव है चार नौजवानों की बांधी हुई ब्योंदबंदी के इधरों दो नंबर के उपर लखन कंडियाला नंद की धरती का आनंद शिकार बादशाह की धरती का जितों का बलकारा भलवान बड़ा प्रसिद्ध है और जितों के बंदे दी गल होंदियां जितों का कांता बड़ा मशहूर है उसे धरती का नौजवान डक पाउण की कोशिश की पर पॉइंट धावी के हिस्से के जुड़ चुका है। आह बंदा चाका बाल की धरती है 2013 पाकिस्तान तकड़ा खेड बड़ा चाका माल की धरती है 2013 पाकिस्तान के तगड़ा नौजवान मैच खेलिया उसे साल इस साल लाडी बजोले पिंड वाला मोटरसाइकिल जित के लैके आया आया शीता पत्तला पिंड वाला जिन्हें 2012 पहली बड़ी के उपर पलसिया के कुलजीत को जफा ला के सातवां की धरती के उपर सातवां का बेड़ा लुटिया है और न्यूजीलैंड के तगड़ा खेड वाला खिलाड़ी है सिंदर मैरीपुर की धरती है। इतों का जरनैल बहुत ही तगड़ा प्रमोटर भी और महान खिलाड़ी है सतेंद्र मैरीपुरी है साहब श्री गुरु गोबिंद सिंह जी महाराज की बख्शी हुई सिखी सुंदर जुड़े ने उपर बंधा हुआ सुंदर बाल आया लखन कंडियाला नंद की धरती है बटाले तो 3 किलोमीटर के फर्क अमृतसर रोड के उपर वसया हुआ पिंड है नौजवान का गाजीपुरी लखे के लिए यह नौजवान बहुत ही सोहना कैनेडा खेड है और सुखवीर सराभा ने डकर का मान हासिल है नहीं जफा ला सकता हुई अगली बड़ी जगह दुर्गावादी है अगली रेत पौध कौन रहा जो लगे है सतनी पैर पैया नहीं और पंडाल दोनों वाले सोनू हल्का जहा टच मारिया नजर ले और पॉइंट धावी का आह सिमरन सांदरे की धरती है परमात्मा ने साथ नहीं दिता है लीग के पहली कबड्डी पाई खालसा वारियर के वालों नौजवान गिटे के उपर हल्की जी सट खा बैठा है और परमात्मा मेहर करे चढ़ती कला रहे सिमरन सांदरे की धरती है और एरिया मशहूर कर दिता नौजवान ने पॉइंट लेके वापस चढ़ती कला कबड्डी क्लब जलंधर तक एक नंबर का वाधा हो गया। कुलदीप सिंह बौर अगली कबड्डी पौन दे अगली कबड्डी धरती मां नूं गोल दे नारे नूं मत्था टेकिया नौजवान ने गोल दे हाथ विच हंदे दो दिसे चढ़ जाता चा जल खिडारी विच दिसे जामा बलिहारे जिन्हें काढ़ दी कढ़ी है खेडनी कबड्डी यारो खेडनी कबड्डी है कई इहनू खेडदे कईआं खेड खेड छड्डी है आया रवि सिद्धवा दोनों की धरती का लेके की कबड्डी का वार दुनिया के महान खिलाड़ियों का ग्रह गया नौजवान और तगड़े तगड़े धारियों को डक पाने की कोशिश करता है। आ कहते नौजवान न्यूजीलैंड बहुत ही तगड़ा खेड है मुन्ना खोजेवाल की धरती का दो ने मनवीर सिंह मुन्ना खोजेवाल एक छोटा एक बड़ा यह मुन्ना खोजेवाली है अगली कबड्डी चढ़ती कला कबड्डी क्लब जलंधर तो वो पाँगा हुआ नौजवान हूँ जहां ब्योंदबंदी कौन जिगड़ा हौसला करेगा सामने शिकार बादशाह की धरती का साथी पुट्ठी पाउण दा जतन किया है पर चढ़ती कला कबड्डी क्लब जलंधर के खातर एक नंबर का वाधा होर हो गया एक एक रेखी जा रही है। अगलिया दोनों टीमां मैं बेनती करांगा अगला जो मैच होना वो दोनों टीमां ग्राउंड के चलते मैच के रिपोर्ट कर गई है देवा फ्रेंड्स सीरी पीरी कबड्डी क्लब नॉर्थ अमेरिका और बदनी क्लब दोनों टीमों को कहा है कि दोनों टीमां चलते मैच के ग्राउंड के रिपोर्ट कर गई बिना किसी देरी के आ किला बली सिंह की टीम का खजूर ने धरती है श्री हजूर साहब ने कप्तान बेरोक धावी बनया है और साधु सूरत खंडे बाटे की पहुंच में छकया है सरदार बलवीर सिंह का सपुत्र अगली कबड्डी पौधा हवेली ढाबे के बिल्कुल नजदीक नौजवान का बसा हुआ पिंड है और उसे धरती से मदनपाल मधु जी स्विफ्ट गड्डी के सत्कार दिता गया है पर सामने पंडित उनके
ਲੰਬੀ ਭਾਲ ਪੈਦਾ ਹੋਇਆ ਇੱਕ ਪਾਸੇ ਜੀਵਾ ਹਜ਼ੂਰ ਦੇ ਪਿੰਡ ਵਾਲਾ ਹਵਾ ਹਵਾਈ ਹੋ ਗਿਆ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਜੁੜ ਚੁੱਕਿਆ ਇੱਕ ਇੱਕ ਨੰਬਰ ਅਮਰਤ ਅਗਲੀ ਬਣੀ ਅਗਲੀ ਬਣੀ ਅਮਰਤ ਅਰਲੀ ਪਰ ਜਿਹੜੇ ਗੁਰਦਾਸਪੁਰ ਧਰਤੀ ਦੇ ਅਗਲੀ ਕਬੱਡੀ ਭਾਵ ਦੇ ਬਿਲਕੁਲ ਨਜ਼ਦੀਕ ਭਾਵ ਆਪਣੇ ਨਜ਼ਦੀਕ ਹੈ ਪਰ ਆਹ ਵੀ ਨੌਜਵਾਨ ਦੇ ਪਿੰਡ ਦੇ ਬਿਲਕੁਲ ਨਜ਼ਦੀਕ ਭਾਵ ਹੈ ਕਦੇ ਭਾਵ ਦੀ ਖੇਡ ਕਲੱਬ ਦੇ ਪਿੰਡ ਪੱਧਰ ਦੇ ਮੁਕਾਬਲੇ ਖੇਡਦਾ ਦੇਖੋ ਸਾਹਮਣੇ ਅਮਰਤ ਅਲੀਪਾ ਦੀਪਾ ਹੁਣ ਕਿਹੋ ਜਿਹਾ ਕਮਾਲ ਕਰੇਗਾ ਸਾਹਮਣੇ ਪਿੰਡ ਵਾਲਾ ਦੁਨੀਆ ਦੇ ਮਹਾਨ ਖਿਡਾਰੀਆਂ ਦੇ ਵਿੱਚ ਨਾਮ ਹੈ ਪਹਿਲਾਂ ਥੋੜੀ ਜਿਹੀ ਸਿਹਤ ਖਰਾਬ ਹੋਈ ਹੁਣ ਸਿਹਤ ਜਬਤ ਹੋ ਗਈ ਕਬੱਡੀ ਦੇ ਨਾਲ ਜੁੜਿਆ ਬਾਬਾ ਗਦਾਮ ਮੰਨ ਲਾ ਨੰਬਰ ਇੱਕ ਪਾਸੇ ਅਮਰਤ ਅਲੀਪਾ ਹੈ ਔਰ ਪੁਆਇੰਟ ਦਾਵੀ ਨੰਬਰ ਰੇਟ ਦੇ ਹਿੱਸੇ ਦੇ ਵਿੱਚ ਜੁੜ ਚੁੱਕਾ ਅਗਲੀ ਕਬੱਡੀ ਸਾਡੀ ਪੁਰਜ਼ੋਰ ਬੇਨਤੀ ਹੈ ਧੂਤ ਕਲਾ ਵੱਲੋਂ ਪੰਜਾਬ ਪੁਲਿਸ ਸਾਡੀ ਜਿਹੜੀ ਰਖਵਾਲੀ ਕਰਦੀ ਆ ਤੇ ਦਿਨ ਰਾਤ ਮਾਕੇ ਤੇ ਖੜੇ ਆ ਉਹਨਾਂ ਭਰਾਵਾਂ ਨੂੰ ਬੇਨਤੀ ਆ ਕਿ ਜਿਹੜੇ ਮੋਟਰਸਾਈਕਲ ਤੇ ਸਾਡੇ ਕਬੱਡੀ ਪ੍ਰੇਮੀ ਆਉਂਦੇ ਆ ਉਹਨਾਂ ਨੂੰ ਅੱਜ ਥੋੜੀ ਛੂਟ ਦਿੱਤੀ ਜਾਵੇ ਮੈਂ ਪੰਜਾਬ ਪੁਲਿਸ ਦੇ ਨਾਕੇ ਦੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਮੂਹ ਪੰਚਾਇਤ ਵੱਲੋਂ ਕਿ ਜੋ ਸਾਡੀ ਅੱਜ ਆਪਣੇ ਕਬੱਡੀ ਦੇਖਣ ਨੌਜਵਾਨ ਆ ਰਹੇ ਆ ਉਹਨਾਂ ਨੂੰ ਥੋੜੀ ਰਿਲੀਫ ਕਰ ਦਿੱਤੀ ਜਾਵੇ ਧੰਨਵਾਦ ਜੀ ਪੰਜਾਬ ਪੁਲਿਸ ਵਾਲਿਆਂ ਨੂੰ ਬੇਨਤੀ ਆ ਪਰ ਸਾਹਮਣੇ ਸੋਨੀ ਭੰਡਾਰ ਪਿੰਡ ਵਾਲਾ ਦੁਨੀਆਂ ਦੇ ਮਹਾਨ ਖਿਡਾਰੀਆਂ ਦਾ ਗ੍ਰਾਹੀ ਆ ਨੌਜਵਾਨ ਔਰ ਇੰਗਲੈਂਡ ਦੇ ਵਿੱਚ ਪੱਕੇ ਤੌਰ ਤੇ ਦੱਸਿਆ ਹੋਇਆ ਇੱਥੇ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਦੇ ਵਿੱਚ ਜੁੜ ਚੁੱਕਾ ਕਬੱਡੀ ਸੰਦੀਪ ਦੀ ਸੀ ਔਰ ਜੱਫਾ ਜਿਹੜਾ ਸਾਹਮਣੇ ਨੌਜਵਾਨ ਨੂੰ ਬਹੁਤ ਹੀ ਸੋਹਣਾ ਭੋਲੀ ਦਾ ਹੋ ਗਿਆ ਔਰ ਪੁਆਇੰਟ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਦੇ ਖਾਤੇ ਦੇ ਵਿੱਚ ਜੁੜ ਚੁੱਕਾ ਮੈਂ ਮਲਿਕ ਸਿੰਘ ਜੀ ਧੂਤ ਸਾਹਿਬ ਤੋਂ ਬੇਨਤੀ ਕਰਾਂਗਾ ਕਿ ਸਪਰੇ ਜਿਹੜੀ ਹੈ ਥੋੜੀ ਸਾਹਿਬ ਗਰਾਊਂਡ ਦੇ ਵਿੱਚ ਜ਼ਰੂਰ ਪੁੱਜਦੀ ਕਰ ਦਿਓ ਨਹੀਂ ਜੱਫਾ ਲਾ ਸਕਿਆ ਗੱਲ ਕੋਈ ਨੀ ਫਿਰ ਸਮਾਂ ਆ ਜਾਵੇਗਾ ਬੰਦਾ ਚਾਕਾਂ ਵਾਲੀ ਅਗਲੀ ਕਬੱਡੀ ਗਾਜੀ ਚੌੜੀ ਛਾਤੀ ਨੌਜਵਾਨ ਦੀ ਪਾਕਿਸਤਾਨ ਦੇ ਵਿੱਚ ਖੇਡਣ ਵਾਲਾ ਇੰਗਲੈਂਡ ਪੂਰੀ ਬੱਲੇ ਬੱਲੇ ਕਰਾਉਣ ਵਾਲਾ ਜਿੱਥੇ ਮਾਹੀ ਪਾਪ ਰੱਖਦਾ ਉੱਥੇ ਉੱਗਦਾ ਸਰੂ ਦਾ ਬੂਟਾ ਚਾਰ ਨੌਜਵਾਨ ਪੱਟਾਂ ਦੇ ਉੱਪਰ ਥਾਪੀਆਂ ਮਾਰਦੇ ਆ ਇੱਕ ਪਾਸੇ ਸ਼ੀਤਾ ਪੱਤਰਾਂ ਦੀ ਧਰਤੀ ਦਾ ਗੁਰਦੇਵ ਬੋਲੇ ਦੀ ਕਬੱਡੀ ਦਾ ਵਾਰਸ ਨਾਲੇ ਸੋਨੀ ਭੰਡਾਲ ਦੋਨਾਂ ਪਿੰਡ ਵਾਲਾ ਉੱਲੀ ਕੱਲੀ ਤੇ ਪੀ ਸਿੰਘ ਦੀ ਧਰਤੀ ਦਾ ਪਹਿਲਾਂ ਬਹੁਤ ਹੀ ਸੋਹਣਾ ਨੌਜਵਾਨ ਨੇ ਖੁਦ ਕਰਕੇ ਜੱਫਾ ਭਰਿਆ ਬੰਦਾ ਚੱਕਾ ਵਾਲੀ ਅੱਗੇ ਦਾ ਹੱਟ ਕਬੱਡੀ ਯਾਰਾਂ ਦੀ ਖੇਡ ਵੱਡੇ ਸਰਦਾਰ ਔਰ ਪਹਿਲੀ ਪੁਆਇੰਟ ਦਾ ਧਾਵੀ ਦੇ ਹਿੱਸੇ ਦੇ ਆਹ ਸਿਮਰਨ ਸਾਹਮਣੇ ਦੀ ਧਰਤੀ ਦਾ ਏਰੀਆ ਮਸ਼ਹੂਰ ਕਰ ਦਿੱਤਾ ਜਿਹੜੇ ਧਰਤੀ ਸੰਤੋਖ ਸਿੰਘ ਤੋਖੀ ਦੀ ਕਬੱਡੀ ਦੇ ਵਾਰਸ ਨੇ ਨੌਜਵਾਨ ਅਗਲੀ ਕਬੱਡੀ ਪਾਉਣ ਲਈ ਔਰ ਲੰਬੀ ਰੇਸ ਦਾ ਘੋੜਾ ਇਹਨੂੰ ਕਿਹਾ ਜਾਂਦਾ ਹੈ ਪ੍ਰਮਾਤਮਾ ਮਿਹਰ ਕਰੇ ਸਿਮਰਨ ਸਾਹਮਣਾ ਟੱਚ ਬਹੁਤ ਵਧੀਆ ਮਾਰਦਾ ਔਰ ਹੱਥਿਆਂ ਨੂੰ ਬਹੁਤ ਹੀ ਸੋਹਣਾ ਨੌਜਵਾਨ ਵਾਪਸ ਫਰਦਾ ਹੈ ਕਦੇ ਉੱਚੀ ਮਿਆਰ ਦੇ ਕਬੱਡੀ ਕੱਪ ਦੇ ਉੱਪਰ ਗੱਲਾਂ ਹੁੰਦੀਆਂ ਪਰ ਇਧਰਲੇ ਪਾਸੇ ਬੰਦਾ ਬਹਾਦਰ ਹੁਸੈਨਪੁਰ ਵਾਲਾ ਨਹੀਂ ਡੱਕ ਪਾ ਸਕਿਆ ਔਰ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਜੁੜ ਚੁੱਕਾ ਅਗਲੀ ਕੌਣ ਪਾ ਲਿਆ ਜੱਗਾ ਅਗਲੀ ਕਬੱਡੀ ਗੋਪੀ ਅਗਲੀ ਕਬੱਡੀ ਔਰ ਸਾਹਮਣੇ ਦੇਖੋ ਪੀਲੀ ਤੋਂ ਲੌਂਗ ਲੌਂਗ ਤੋਂ ਕੋਕੇ ਦੀਪਾ ਸਾਹਮਣੇ ਦੀ ਧਰਤੀ ਪਿੰਡ ਪੱਧਰ ਦੇ ਮੁਕਾਬਲੇ ਸਾਹਮਣੇ ਨੇ ਖੇਡਦਾ ਬਣਦਾ ਅਨਿਕਾ ਸਿੰਘ ਕੁੱਟਪੁਰੀਏ ਭਜਦੇ ਵਾਂਗ ਨੌਜਵਾਨ ਦੌਰ ਔਰ ਖੀਰਾ ਵਾਲੀਏ ਭਜਦੇ ਵਾਂਗ ਅਨਿਕਾ ਸਿੰਘ ਬੜਿਆ ਨੌਜਵਾਨ ਪਰ ਕਾਮਯਾਬੀ ਰੇਟ ਦੇ ਕਦਮ ਚੁੰਮਦੀ ਮੁੰਡਾ ਖੋਲੇ ਵਾਲੀ ਅਗਲੀ ਕਬੱਡੀ ਵੱਖਰਾ ਜਿਹਾ ਅੰਦਾਜ਼ ਹੈ ਇਸ ਖਿਡਾਰੀ ਦਾ ਔਰ ਕਦੇ ਕਦੇ ਜਿਹੜਾ ਗੱਲ ਦੇ ਵਿੱਚ ਪਾਈ ਤਵੀਤੜੀ ਹੈ ਉਹ ਤਵੀਤੜੀ ਨੂੰ ਆਪਣੇ ਲੈ ਕੇ ਜਿਹੜਾ ਕਬੱਡੀ ਪਾਉਂਦਾ ਹੈ ਮਾਸਟਰ ਸਰਬਜੀਤ ਸਿੰਘ ਜੀ ਜਲੋਵਾਲ ਸਾਹਿਬ ਮੁੱਖ ਪੰਜ ਉੱਪਰ ਖੁਸ਼ ਨੇ ਔਰ ਨਾਲੇ ਮੈਂ ਮਨਜਿੰਦਰ ਸਿੰਘ ਜੀ ਧੂਤ ਸਾਹਿਬ ਦਾ ਧੰਨਵਾਦ ਕਰਾਂਗਾ ਅਰਵਿੰਦਰ ਸਿੰਘ ਜੀ ਰਵੀ ਕੈਨੇਡਾ ਅਵਤਾਰ ਸਿੰਘ ਜੀ ਧੂਤ ਅਮਰੀਕਾ ਤੇ ਜਸਵੀਰ ਸਿੰਘ ਜੀ ਧੂਤ ਵੱਡੀਆਂ ਜ਼ਿੰਮੇਵਾਰੀਆਂ ਨੇ ਮਨਪ੍ਰੀਤ ਸਿੰਘ ਜੀ ਅਮਰੀਕਾ ਸਰਬਜੀਤ ਸਿੰਘ ਜੀ ਅਮਰੀਕਾ ਤੇ ਬਾਲਪ੍ਰੀਤ ਸਿੰਘ ਜੀ ਅਮਰੀਕਾ ਵਾਲੇ ਜਿਹੜੇ ਲਾਈਵ ਜੁੜੇ ਨੇ ਨਾਲੇ ਬਲਵਿੰਦਰ ਸਿੰਘ ਜੀ ਕੈਨੇਡਾ ਕਮਲ ਕੈਨੇਡਾ ਅਮਨ ਕੈਨੇਡਾ ਤੇ ਮਨਦੀਪ ਅਮਨਦੀਪ ਸਿੰਘ ਜੀ ਸੋਨੂੰ ਕੈਨੇਡਾ ਇਹਨਾਂ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਹਿਲੀ ਵਾਰ ਤੇ ਔਰ ਉਸ ਤੋਂ ਬਾਅਦ ਦੂਸਰੇ ਮੈਚ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਗੀਆਂ ਮੈਂ ਮੁੱਖ ਮੰਚ ਉੱਪਰ ਬੈਠੀਆਂ ਸਾਰੀਆਂ ਸ਼ਖਸੀਅਤਾਂ ਦਾ ਅੱਜ ਇਸ ਕਬੱਡੀ ਕੱਪ ਦੇ ਆਉਣ ਤੇ ਹਾਰਦਿਕ ਸਵਾਗਤ ਕਰਦਾ ਜੀ ਆਇਆਂ ਨੂੰ ਔਰ ਧੂਤ ਪ੍ਰਬੰਧਕ ਕਮੇਟੀ ਬਹੁਤ ਹੀ ਵੱਡਾ ਉਦਮ ਕੀਤਾ ਹੈ ਹਰ ਸਾਲ ਦੀ ਤਰ੍ਹਾਂ ਚੌਥਾ ਜਿਹੜਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਹੈ ਸਰਵਸੀ ਸਰਦਾਰ ਮਜਹਾਲ ਸਿੰਘ ਜੀ ਧੂਤ ਉਹਨਾਂ ਦੀ ਯਾਦ ਨੂੰ ਸਮਰਪਣ ਧੂਤ ਟੂਰਨਾਮੈਂਟ ਕਮੇਟੀ ਤੇ ਇਹਨਾਂ ਦੇ ਭਰਾਵਾਂ ਦੇ ਬਹੁਤ ਵੱਡੇ ਸਹਿਯੋਗ ਦੇ ਨਾਲ ਗ੍ਰਾਮ ਪੰਚਾਇਤ ਤੇ ਸੁਭੰਗਕ ਵਾਸੀਆਂ ਦੇ ਵੱਡੇ ਉਦਮ ਦੇ ਨਾਲ ਸਵਰਗਤ ਸਿੰਘ ਗ੍ਰੋਹ ਸਿੰਘ ਧੂਤ ਉਹਨਾਂ ਦੀ ਯਾਦ ਨੂੰ ਸਮਰਪਣ ਇੱਕ ਕਬੱਡੀ ਦਾ ਬੜਾ ਤਗੜਾ ਜਿਹੜਾ ਮਹਾਕੁੰਭ ਹੈ ਅਗਲੇ ਮੈਚ ਦੀਆਂ ਦੋਨੇ ਟੀਮਾਂ ਵੱਧੜੀ ਕਲਾ
और मेरी पीढ़ी कबड्डी क्लब नॉर्थ अमेरिका ये दोनों टीम ग्राउंड के सपोर्ट कर दिया गया है। अगले मैच या दोनों टीम जल्दी तो जल्दी ग्राउंड पहुंच सकते हैं। हरजीत क्लब बंद निकल ये दोनों टीम जो ग्राउंड के सपोर्ट कर दी पहले वाटर ब्रेक तो बाद मैच का कंपीट माउंट अगली कबड्डी पौंड लई एक कबड्डी का माउंट इस वे कबड्डी पौधा है कला कला मसल पिंडे के उपर गीत गाँव है नगे पिंडिया के सूर की धुप पैली पसीने गोरे पिंडिया रिड़न लगे उठ गए गल जंगल की अग वालू अजय भेड़ ने कबड्डी के पिड़न लगे स्पीकर गूंज का सुरे चौही पिंडी सुलभान कूबे दारा के छिड़न लगे फतो बारिया बने से ले फर गए एक पासे माउट और दूसरे पासे सिद्धमा का रवि ऐ मैदान के पिड़न लगे बज गई कंची आत्मविश्वास कि
ਮੁੰਡਾ ਖੋਜੇ ਬਾਲ ਇਹ ਕਬੱਡੀ ਦੀ ਬਹੁਤ ਹੀ ਤਕੜੀ ਖੋਜ ਪਤਲਾ ਪਤਲਾ ਸਾਰੀਆਂ ਸ਼ੱਕੇ ਤਾਂ ਲੈ ਧੂਤ ਕਮੇਟੀ ਦੇ ਵੱਲੋਂ ਮੋਸਟ ਵੈਲਕਮ ਹੈ ਜੀ ਹੈ ਇੱਕ ਇੱਕ ਕਦਮ ਜਿਹੜਾ ਸਾਡੇ ਸਿਰ ਬੱਤੇ ਹੈ ਅੱਗੀਆਂ ਟੀਮਾਂ ਹਰਜੀਤ ਕਬੱਡੀ ਕਲੱਬ ਬਦਲੀ ਕਲਾ ਔਰ ਦੇਵਾ ਫ੍ਰੈਂਡਸ ਮੀਰੀ ਪੀਰੀ ਕਬੱਡੀ ਕਲੱਬ ਨੌਰਥ ਅਮਰੀਕਾ ਦੀਆਂ ਟੀਮਾਂ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਅਗਲੇ ਮੈਚ ਦੇ ਰਿਪੋਰਟ ਕਰਨਗੀਆਂ ਜਲਦੀ ਤੋਂ ਜਲਦੀ ਅੱਜ ਰੌਣਕਾਂ ਲੱਗੀਆਂ ਪੂਰਾ ਜੌਨ ਦੇ ਉੱਪਰ ਮਿਲ ਹੈ ਮੁਬਾਰਕਬਾਦ ਹੈ ਸਾਰੇ ਨਗਰ ਵਾਸੀਆਂ ਨੂੰ ਮੁਬਾਰਕਬਾਦ ਹੈ ਸਾਰੀ ਕਮੇਟੀ ਨੂੰ ਮੁਬਾਰਕਬਾਦ ਹੈ ਖੇਡ ਮੇਲੇ ਦੀਆਂ ਸਭ ਨੂੰ ਬਹੁਤ ਸਭ ਨੇ ਅਗਲੀ ਕਬੱਡੀ ਲੱਗੇ ਪਿੰਡੇ ਕਿਹੜੀ ਜਵਾਨ ਗੋਪੀ ਅਗਲੀ ਕਬੱਡੀ ਪੀਰੋ ਚੁੱਕੀ ਦੀ ਧਰਤੀ ਦਾ ਅਗਲੀ ਰੇਟ ਪਾਉਂਦਾ ਹੋਇਆ ਨੱਚ ਦਾ ਟੱਪਦਾ ਜੱਗੇ ਨੂੰ ਹਲਕਾ ਜਾ ਕੱਦ ਵਜ ਪੁਆਇੰਟ ਜਿਹੜਾ ਧਾਰੀ ਦੇ ਹਿੱਸੇ ਦੇ ਵਿੱਚ ਜੁੜ ਚੁੱਕਾ ਇਹ ਮਾੜਾ ਬੜਾਣਾ ਫਾਟ ਗਿਆ ਦਰਦਾਂ ਨੂੰ ਦਿਨ ਟੱਚ ਵਜੇ ਔਰ ਮੱਲੀ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਡੱਟ ਹੌਸਲਾ ਮਲਾ ਤੂੰ ਖੇਡ ਤਾਂ ਸਹੀ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਰ ਜਾਂਦੇ ਨੇ ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਹੀ ਜਾਂਦੇ ਨੇ ਰਾਤ ਨੂੰ ਤਰਤੇ ਨਦੀਆਂ ਦੇ ਨੇ ਕੁਝ ਡਰ ਵੀ ਜਾਂਦੇ ਨੇ ਰੱਖ ਹੌਸਲਾ ਮਲਾ ਤੂੰ ਖੇਡ ਤਾਂ ਸਹੀ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਰ ਵੀ ਜਾਂਦੇ ਨੇ ਔਰ ਜਿੱਥੇ ਮਨਜਿੰਦਰ ਸਿੰਘ ਜੀ ਧੂਤ ਸਾਹਿਬ ਕੈਨੇਡਾ ਤੋਂ ਲਾਈਵ ਜਿਹੜੇ ਨੇ ਉੱਥੇ ਰਵਿੰਦਰ ਸਿੰਘ ਜੀ ਰਵੀ ਕੈਨੇਡਾ ਮੁੱਖ ਮੰਚ ਦੇ ਉੱਪਰ ਸ਼ੋਭਤ ਨੇ 1,00,000 ਰੁਪਇਆ ਉਹਨਾਂ ਦੇ ਵੱਲੋਂ ਬਹੁਤ ਹੀ ਵੱਡਾ ਯੋਗਦਾਨ ਹੈ ਔਰ ਸਰਦਾਰ ਅਵਤਾਰ ਸਿੰਘ ਜੀ ਧੂਤ ਜਸਮੀਤ ਸਿੰਘ ਜੀ ਧੂਤ 1,00,000 ਰੁਪਇਆ ਉਹਨਾਂ ਦੇ ਵੱਲੋਂ ਹੈ ਔਰ ਮੁੱਖ ਮੰਚ ਦੇ ਉੱਪਰ ਦੇਵ ਸਿੰਘ ਜੀ ਸਰਪੰਚਕ ਧੂਤ ਕਲਾ ਔਰ ਮਨਪ੍ਰੀਤ ਸਿੰਘ ਜੀ ਅਮਰੀਕਾ ਰਣਜੀਤ ਸਿੰਘ ਜੀ ਅਮਰੀਕਾ ਤੇ ਬਲਪ੍ਰੀਤ ਸਿੰਘ ਜੀ ਅਮਰੀਕਾ ਇਹਨਾਂ ਸ਼ਖਸੀਅਤਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਾਂਗਾ ਜਿੱਥੇ ਬਲਵਿੰਦਰ ਸਿੰਘ ਜੀ ਕੈਨੇਡਾ ਕਮਲ ਕੈਨੇਡਾ ਤੇ ਅਮਨ ਕੈਨੇਡਾ ਅਮਨਦੀਪ ਸੋਨੂ ਕੈਨੇਡਾ ਇਹਨਾਂ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਨਾਲੇ ਸਰਦਾਰ ਬਲੀ ਸਿੰਘ ਜੀ ਰਣਜੀਤ ਸਿੰਘ ਜੀ ਦਾ ਧੰਨਵਾਦ ਕਰਾਂਗਾ ਔਰ ਬਲਵੀਰ ਸਿੰਘ ਜੀ ਸੋਨੀ ਰੌਬਟ ਪੈਲਸ ਵਾਲੇ ਪੰਜ ਸੁਖਜੀਤ ਸਿੰਘ ਜੀ ਤੇ ਮਨਜੀਤ ਸਿੰਘ ਜੀ ਬਿੱਟੂ ਇਹਨਾਂ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਬਈ ਰਵਾਇਤੀ ਖੇਡਾਂ ਵਾਲਿਆਂ ਨੂੰ ਬੇਨਤੀ ਆ ਮੁੱਖ ਪੰਜ ਉੱਪਰੋਂ ਪਹਿਲਾਂ ਇਜਾਜ਼ਤ ਖੇਡ ਲਾਉਣ ਪਰ ਸਭ ਨੇ ਅਗਲੀ ਕਬੱਡੀ ਹਿੱਕ ਦੇ ਵਿੱਚ ਕਹਿ ਨਹੀਂ ਵੱਜਦਾ ਛੁਰਲੀ ਔਰ ਉਰਲੀ ਕਦੀ ਤੇ ਸਾਹੀ ਦੇ ਨਾਲ ਕਾਹ ਹਲਕਾ ਜਿਹਾ ਮੁਕਾਬਲਾ ਪੜ ਲੈ ਕੇ ਵਾਪਸ ਭੰਡਾਰ ਦੋਨਾਂ ਦੀ ਧਰਤੀ ਦਾ ਬਹੁਤ ਹੀ ਸੋਹਣਾ ਸਰੀਰ ਹੈ ਦਾਦਾ ਰਾਜਵਾਲਾ ਦੇ ਸਰੀਰ ਵਧੀਆ ਨੇ ਮਿਹਨਤਾਂ ਕਰਨੀਆਂ ਪੈਂਦੀਆਂ ਅਮਰਤ ਅਰਲੀ ਪਰ ਅਗਲੀ ਕਬੱਡੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੱਚੀ ਹੋਈ ਸਿੱਖੀ ਸੁੰਦਰ ਜੋੜੇ ਦੇ ਉੱਪਰ ਵੱਧਦਾ ਹੋਇਆ ਸੁੰਦਰ ਰਬਾ ਔਰ ਸਾਹਮਣੇ ਜਿਹੜਾ ਸਰੀਰ ਦੇ ਉੱਪਰ ਪਸੀਨਾ ਚੱਕਦਾ ਇਹ ਸਦਾਵਾ ਦੱਸਦਾ ਕਿ ਧੂਤ ਕਲਾ ਦੀ ਧਰਤੀ ਤੇ ਸਦਾਵੇ ਦੱਸੇ ਜਾ ਰਹੇ ਨੇ ਖਿਡਾਰੀਆਂ ਦੇ ਦੇਖੋ ਸਾਹਮਣੇ ਅਗਲੀ ਰੇਟ ਦੇ ਉੱਪਰ ਕਿੰਨਿਆਂ ਦੇ ਘਰਾਂ ਵਿੱਚ ਮਾਣ ਦੀ ਤੁੱਲ ਦੋ ਸਾਹਮਣੇ ਭੇਜੇ ਦੇ ਨਾਲ ਹੁਣ ਕਿਹੋ ਜਿਹਾ ਮੁਕਾਬਲਾ ਹੋ ਚੁੱਕਾ ਬਹੁਤ ਹੀ ਸੋਹਣਾ ਮਾਰ ਕੇ ਲਪੇਟ ਕੇ ਨਹੀਂ ਦੀਪਾ ਸਾਹਮਣੇ ਦੀ ਧਰਤੀ ਨਹੀਂ ਡੱਟ ਪਾ ਸਕਿਆ ਤੇ ਪੁਆਇੰਟ ਧਾਬੀ ਦਾ ਬੈਚ ਦਾ ਹਾਲ ਅਗਲੀ ਰੇਟ ਪਾਉਂਦੇ ਮੁੰਡਾ ਖੋਜੇ ਵਾਲੀ ਹੈ ਨਿਕਲ ਨੂੰ ਤਾਂ ਕਰਕੇ ਪੱਟਾਂ ਦੇ ਦਰਸ਼ਨ ਕਰਾਉਂਦਾ ਹੈ ਦੋਨੋਂ ਬੰਦੇ ਉੱਪਰ ਜੱਗਾ ਆਹ ਦੇਖੋ ਸਮੇਂ ਕਮਾਲ ਕਰਦਾ ਹੋਇਆ ਪਰਿਹੇ ਬਦਲ ਬਟਾਲੇ ਦੀ ਧਰਤੀ ਇਤਿਹਾਸਿਕ ਧਰਤੀ ਔਰ ਇੱਕ ਪਾਸੇ ਮੁੰਡਾ ਖੋਜੇ ਵਾਲੀ ਹੈ ਕਿਹਾ ਪ੍ਰੀਤਾ ਆਇਆ ਪ੍ਰੀਤਾ ਲੱਗੇ ਕੋਈ ਟੋਲ ਕਬੱਡੀ ਤੇ ਕਪੂਰਥਲਾ ਚੀਚਾ ਕੋਈ ਟੋਲ ਪੜ ਲੈ ਕੇ ਵਾਪਸ ਚੜ੍ਹਦੀ ਕਲਾ ਕਬੱਡੀ ਕਲੱਬ ਜ਼ਿਲ੍ਹਾ ਪੱਧਰ ਬੜਾ ਚਾਕਾ ਵਾਲੀ ਹੈ ਅਗਲੀ ਕਬੱਡੀ ਕਿੰਨਿਆਂ ਦੇ ਘਰਾਂ ਵਿੱਚ ਮਾਲ ਦੀ ਤੁੱਚਲ ਕਈਆਂ ਨੂੰ ਦਿੱਤਾ ਤੂੰ ਰੋਜ਼ਗਾਰ ਵੀ ਕਬੱਡੀਏ ਫੱਟ ਦੇ ਕਿਹੜੇ ਕੱਚੇ ਆਰਾਮਾਂ ਦੀ ਦਿੱਤੇ ਤੂੰ ਜਹਾਜ਼ਾਂ ਵਿੱਚ ਚਾਹ ਵੀ ਕਬੱਡੀਏ ਦੁਨੀਆ ਤੇ ਹੈ ਨਹੀਂ ਗਰਾਊਂਡ ਐਂਪੀ ਐਸੀ ਕੋਈ ਜਿਹਦਾ ਤੂੰ ਬਣੀ ਨਹੀਂ ਸ਼ਿੰਗਾਰ ਵੀ ਕਬੱਡੀਏ ਕਦੇ ਰਾਜਨ ਸੈਂਟਰ ਦੇ ਵਿੱਚ ਸਕਾਈਡੋਨ ਦੇ ਵਿੱਚ ਗੱਲਾਂ ਹੁੰਦੀਆਂ ਹੈ ਕਿ ਕੈਨੇਡਾ ਦੀ ਧਰਤੀ ਤੇ ਸਭ ਤੋਂ ਵੱਡਾ ਸ਼ੋਅ ਜਿਹੜਾ ਹੈ ਉਹ ਕਬੱਡੀ ਦਾ ਸਭ ਤੋਂ ਮਹਿੰਗੀ ਕਬੱਡੀ ਖਿਡਾਈ ਗਈ ਆਇਆ ਸੀਤਾ ਪੱਤਰਾਂ ਦੀ ਧਰਤੀ ਦਾ ਨਿਊਜ਼ੀਲੈਂਡ ਦੇ ਵਿੱਚ ਤਕੜਾ ਖੇਡ ਨਹੀਂ ਜੱਗਾ ਲੱਲੀਆਂ ਪਿੰਡ ਵਾਲਾ ਸੰਦੀਪ ਦੀ ਕਬੱਡੀ ਦਾ ਵਾਰ ਬਹੁਤ ਵਧੀਆ ਰਿਕਾਰਡ ਹੈ ਨਜ਼ਰ ਆਉਂਦਾ ਲੱਲੀਆਂ ਲਾਂਬੜਾ ਔਰ ਜਲੰਧਰ ਦਾ ਏਰੀਆ ਮਸ਼ਹੂਰ ਹੈ ਨੌਜਵਾਨ ਬਹੁਤ ਹੀ ਸੋਹਣਾ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਖੇਡਿਆ ਜੱਗਾ ਲੱਲੀਆਂ ਪਿੰਡ ਵਾਲਾ ਨਹੀਂ ਡੱਕ ਪਾ ਸਕਿਆ ਕੋਈ ਗੱਲ ਨਹੀਂ ਅਗਲੀ ਕਬੱਡੀ ਹੌਸਲਾ ਬਾਰ ਬਾਰ ਜਿਹੜੇ ਮੌਕੇ ਆਉਂਦੇ ਨੇ ਅਗਲੀ ਕਬੱਡੀ ਰਵੀ ਭਾਜੀ ਮਨਜਿੰਦਰ ਭਾਜੀ ਲਾਈਵ ਜੁੜੇ ਨੇ ਮੁਬਾਰਕਬਾਦ ਦੇਵੇ ਕਿ ਤੁਹਾਡਾ ਜਿਹੜਾ ਕਬੱਡੀ ਟੂਰਨਾਮੈਂਟ ਦਾ ਪੂਰਾ ਕਾਮ ਦਾ ਹੋ ਚੁੱਕਾ ਹੈ ਉਧਰ ਖੁੱਚ ਕੱਢ ਲਈ ਔਰ ਇੱਧਰ ਪੁਆਇੰਟ ਜਿਹੜਾ ਉਹ ਜਾਫੀ ਦੇ ਹਿੱਸੇ ਦੇ ਵਿੱਚ ਜੁੜ ਚੁੱਕਾ ਹੈ ਖੁੱਚ ਪੱਟੀ ਤੇ ਔਖੀ ਬੜੀ ਲਾਉਣੀ ਹੈ ਕਬੱਡੀ ਵਿੱਚ ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਖਾ ਕੇ ਖੁਰਾਕ ਮਿੱਤਰੋ ਚੱਲਦੇ ਗੋਪੀ ਸਾਹਿਬ ਆਹ ਕਬੱਡੀ ਨਾਲ ਬਣ ਅਗਲੀ ਦੇ ਸੀਜ਼ਨ ਹੋ ਗਿਆ ਇੱਕ ਪਾਸੇ ਰਵੀ ਸਿੱਧਵਾ ਦੋਨਾਂ ਦੀ ਧਰਤੀ ਹੈ ਨੇਕੇ ਦੀ ਕਬੱਡੀ ਦਾ ਵਾਰਸ ਨਾਲੇ ਮਾਲਾ ਬਡਾਲਾ ਫਾਟਕ ਦੀ ਧਰਤੀ ਲੈ ਔਰ ਨਾਲੇ ਜੱਗਾ ਲੱਲੀਆਂ ਪਿੰਡ ਵਾਲਾ ਨਾਲੇ ਸਾਹਮਣੇ ਮਾਣੇ ਨੂੰ ਹਲਕਾ ਜਿਹਾ ਟੱਚ ਨੌਜਵਾਨ ਨੇ ਮਾਰਿਆ ਉਹ ਪੁਆਇੰਟ ਲੈ ਕੇ ਵਾਪਸ ਖੇਡ ਕਬੱਡੀ ਫੁਰਤੀ ਦੀ ਕੰਮ ਪਿੰਡ ਦਾ ਝੋਟੇ ਦਾ ਨੀਲਾ ਖਜ਼ੂਰ ਨੇ ਪਿੰਡ ਵਾਲਾ ਅਗਲੀ ਕਬੱਡੀ ਪਾਉਂਦੇ ਦੀ ਫੁਰਤੀ ਦੀ ਕੰਮ ਪਿੰਡ ਦਾ ਝੋਟੇ ਦਾ ਜੀਦਾਰੀ ਦੀ ਕੁਸ਼ਤੀ ਪੱਕਾ ਸਾਹ ਲਗੋਟੇ ਦਾ ਤੰਦਰੁਸਤਾਂ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਮੇਲਣ ਬਣ ਕੇ ਦੇਖ ਮੇਲਣੇ ਮੇਲਾ ਯਾਰਾਂ ਦਾ ਪਰ ਇੱਕ ਕਬੱਡੀ ਦਾ ਮਹਾਕੁੰਭ ਹੈ ਅੱਜ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ ਬਟਾਲੇ ਵਾਲਾ ਜਗ੍ਹਾ ਹੁਣ ਕਿਹੋ ਜਿਹਾ ਕਮਾਲ ਕਰੇਗਾ ਸ਼ਿਵ ਕੁਮਾਰ ਬਟਾਲਵੀ ਦਾ ਗ੍ਰਾਹੀ ਹੈ ਦਰਬਾਰ ਉਸੇ ਧਰਤੀ ਨੇ ਸ਼ਿਵ ਕੁਮਾਰ ਬਟਾਲਵੀ ਬਿਰਹਾ ਦਾ ਸੁਲਤਾਨ ਪੈਦਾ ਕੀਤਾ ਉਸੇ ਧਰਤੀ ਨੇ ਔਰ ਸਭ ਤੋਂ ਸਫਲ ਜਿਹੜੀ
ਟੈਲੀਵਿਜ਼ਨ ਦੀ ਐਂਕਰ ਸਤਿੰਦਰ ਸੱਤੀ ਨੂੰ ਜਨਮ ਦਿੱਤਾ ਹੈ। ਉਸੇ ਧਰਤੀ ਦੇ ਮੱਲੀ ਸਾਹਿਬ ਉਹਨਾਂ ਦੋ ਭਰਾਵਾਂ ਨੂੰ ਬਟਾਲੀ ਭਰਾਵਾਂ ਨੂੰ ਜਨਮ ਦਿੱਤਾ। ਸੰਗੀਤਕ ਘਰਾਣੇ ਦੀਆਂ ਵੀ ਗੱਲਾਂ ਹੁੰਦੀਆਂ ਔਰ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਹੁਰਿਆਂ ਦਾ ਪਿੰਡ ਹੈ ਔਰ ਇਤਿਹਾਸਿਕ ਨਗਰ ਹੈ। ਔਰ ਮੱਲੀ ਸਾਹਿਬ ਕਹਿੰਦੇ ਕਿ ਆਹ ਜਿਹੜਾ ਸੋਢੀ ਹੈ ਹੁਣ ਜੱਫਾ ਜ਼ਰੂਰ ਲਾਵੇਗਾ। ਕਹਿੰਦੇ ਕਿ ਇੰਗਲੈਂਡ ਦੇ ਵਿੱਚ ਤਕੜਾ ਖੇਡ ਵਾਲਾ ਖਿਡਾਰੀ ਹੈ, ਗੱਲ ਬਣਦਾ ਹੋਇਆ ਔਰ ਬਹੁਤ ਹੀ ਸੋਹਣਾ ਐਸ ਪੁਆਇੰਟ ਦੇ ਉੱਪਰ ਜ਼ਰੂਰ ਪਾਣੀ ਵੱਜੂਗੀ ਵੱਜੂ ਕਿਵੇਂ ਨਹੀਂ ਇਹ ਸਮਾਂ ਲਖੂਟੀ ਸਾਹਿਬ ਦੇ ਉੱਪਰ ਔਰ ਉੱਧਰ ਸੱਤ ਤੋਂ ਵੀ ਨੌਜਵਾਨਾਂ ਨੂੰ ਬਤਾਉਣਾ ਹੈ ਔਰ ਆਹ ਜਿਹੜਾ ਪੁਆਇੰਟ ਜਾਪੀ ਸੱਤ ਤੋਂ ਕਿਉਂ ਸੱਤ ਤੋਂ ਗਾਣਾ ਰਮਨ ਰੁੜਕੇ ਵਾਲੇ ਨੇ ਇੰਗਲੈਂਡ ਦੀ ਧਰਤੀ ਤੇ ਏਦਾਂ ਹੀ ਸੱਟ ਲੱਗੀ। ਅੱਜ ਤੱਕ ਮੁੰਡਾ ਠੀਕ ਨਹੀਂ ਹੋਇਆ, ਦੁਆਵਾਂ ਕਰਨੀਆਂ ਆਪਾਂ ਉਹਨਾਂ ਖਿਡਾਰੀਆਂ ਦੇ ਲਈ ਕਿ ਸੱਟ ਜੋੜਨਾ ਕਿਸੇ ਦਾ ਖੇਡਣਾ ਔਰ ਸੱਟ ਤੋਂ ਵੀ ਆਪਾਂ ਖਿਡਾਰੀਆਂ ਨੂੰ ਇਹਨਾਂ ਨੌਜਵਾਨਾਂ ਨੂੰ ਬਾਣ ਸਿੰਘ ਮੱਗੀ ਖੇਡੇਗਾ। ਫਿਰ ਮੈਂ ਜੇ ਖੁਸ਼ੀ ਦੀ ਗੱਲਾਂ ਹੋਣਗੀਆਂ ਅੱਜ ਫਿਰ ਮੈਦਾਨ ਦੇ ਵਿੱਚ ਦੁੱਗਾ ਵਾਲਾ ਖੁਸ਼ੀ ਖੇਡੇਗਾ ਪਰ ਸਾਹਮਣੇ ਨੌਜਵਾਨ ਪਤਲਾ ਪਤੰਗ ਜਾਂ ਅਗਲੀ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ। ਹੁਣ ਚੌਹਾਂ ਦੇ ਵਿੱਚੋਂ ਸਾਡੀ ਪੁੱਠੀ ਪਾਉਣ ਦਾ ਯਤਨ ਕੀਤਾ ਸ਼ਿਕਾਰ ਵਾਸੀਆਂ ਪਿੰਡ ਵੱਲ ਮੱਤੇ ਵਰਗੇ ਬਲਕਾਰੇ ਵਰਗੇ ਖਿਡਾਰੀ ਪੈਦਾ ਕੀਤੇ ਹੈ ਪਰ ਪੁਆਇੰਟ ਜਿਹੜਾ ਉਹ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਦੇ ਖਾਤੇ ਦੇ ਵਿੱਚ ਇੱਕ ਨੰਬਰ ਦਾ ਵਾਧਾ ਹੋ ਗਿਆ। ਸੀਜ਼ਨ ਸ਼ੁਰੂ ਕਬੱਡੀ ਦਾ ਖਿਡਾਰੀ ਜੋ ਆਪਣੇ ਦਿਖਾਊਗਾ, ਕੋਈ ਪਾਊ ਨੇੜ, ਕੋਈ ਲਾਊ ਜੱਪੇ, ਕੋਈ ਹੱਥ ਮੋਟਰਸਾਈਕਲਾਂ ਨੂੰ ਪਾਊਗਾ, ਲਾਵਾ ਪ੍ਰਮੋਟਰਾਂ ਨੇ ਪੈਸਾ ਦਿਨ ਖੋਲ ਕੇ ਚਮਕੀਲਾ ਆਸਟ੍ਰੇਲੀਆ 'ਚ ਬੈਠਾ ਸ਼ੇਰ ਬਣਾਊਗਾ। ਲੋ ਸਾਹਮਣੇ ਅਗਲੀ ਗੇਂਦ ਦੇ ਉੱਪਰ ਹੁਣ ਕੌਣ ਦੋਹਾਂ ਚੌਹਾਂ ਦੇ ਵਿੱਚੋਂ ਜਿਗਰਾ ਹੌਸਲਾ ਕੌਣ ਜਿੱਦਾ ਕਰੇਗਾ, ਕੌਣ ਆਪਣੀ ਖੇਡ ਦਾ ਪ੍ਰਦਰਸ਼ਨ ਕਰੇਗਾ ਹੋਈ ਪਈ ਬੱਲੇ ਬੱਲੇ। ਔਰ ਆਹ ਜਿਹੜਾ ਪੁਆਇੰਟ ਹੈ ਇਹ ਤਾਵੀ ਦੇ ਹਿੱਸੇ ਦੇ ਕਵਰ ਟਾਈਪ ਕੀਤਾ ਹੈ। ਇਸ਼ਾਰਾ ਕੋ ਅਗਰ ਸਮਝੋ ਰਾਜ ਕੋ ਰਾਜ ਰਹਿਣ ਦੋ। ਸਰਦਾਰ ਸੁਖਬੀਰ ਸਿੰਘ ਜੀ ਚੌਹਾਨ ਸਾਹਿਬ ਏਰੀਏ ਦਾ ਮਾਣ ਨੇ ਗਰਾਊਂਡ ਦੇ ਵਿੱਚ ਪਹੁੰਚੇ ਨੇ। ਮੈਂ ਜੀਆ ਨੂੰ ਕਹਾਂਗਾ ਬੜਾ ਕੁਝ ਇਹਨਾਂ ਤੋਂ ਸਿੱਖਿਆ ਤੇ ਬੜਾ ਕੁਝ ਸਿੱਖ ਲੈ। ਮਾਂ ਬੋਲੀ ਦੇ ਉਹ ਟੌਪਰ ਬੁਲਾਰੇ ਟੌਪਰ ਲਿਖਾਰੀ ਮੈਂ ਇੱਕ ਵਾਰੀ ਫੇਰ ਧੰਨਵਾਦ ਕਰਾਂਗਾ ਸਰਦਾਰ ਸੁਖਬੀਰ ਸਿੰਘ ਜੀ ਚੌਹਾਨ ਸਾਹਿਬ ਦਾ ਜਿਹੜੇ ਗਰਾਊਂਡ ਦੇ ਵਿੱਚ ਪਹੁੰਚੇ ਨੇ। ਉਧਰ ਲੱਖਣ ਢਡਿਆਲਾ ਨੇ ਬੜਾ ਵੱਜ ਕੇ ਕੈਂਚੀ ਰੱਖਿਆ ਤਾਂ ਉੱਤੇ ਹੱਥ ਪਰ ਇੱਕ ਪਾਸੇ ਸ਼ੁਰੂ ਪਠਾਨ ਦੋਨਾਂ ਦੀ ਧਰਤੀ ਦਾ ਪਾਪਾਂ ਦਾ ਛੋੜਾ ਨਾ ਸਰ ਪੁਆਇੰਟ ਲੈ ਕੇ ਬਾਬਾ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਲਈ ਇੱਕ ਨੰਬਰ ਦਾ ਵਾਧਾ ਹੋਰ ਹੋ ਗਿਆ। ਚੱਲ ਮੈਂ ਸੰਦੀਪ ਕਬੱਡੀ ਨੌਜਵਾਨ ਸੰਦੀਪ ਅਗਲੀ ਕਬੱਡੀ ਬਟਾਲੇ ਦੀ ਧਰਤੀ ਦਾ ਰਵੀ ਸਹਿ ਰਿਕਾਰਡ ਹੈ ਨੌਜਵਾਨਾਂ ਕਹਿੰਦੇ ਜੱਫਿਆਂ ਦਾ ਕਦੇ ਡੀਏ ਵੀ ਕੱਲ੍ਹ ਜਲੰਧਰ ਨਹੀਂ ਔਰ ਉਸਦੇ ਪਾਸੇ ਮਾਣੇ ਨੇ ਰੱਖਿਆ ਤਾਂ ਉਹਦੇ ਹੱਥ ਬਗਲ ਭਰਨ ਦੀ ਕੋਸ਼ਿਸ਼ ਕੀਤੀ ਪਰ ਸੰਦੀਪ ਲੱਗ ਦਾ ਟੱਪ ਦਾ ਪੁੱਟ ਲੱਗਦਾ। ਖੇਡ ਕਬੱਡੀ ਜ਼ੋਰਾਂ ਦੀ ਕਮਜ਼ੋਰਾਂ ਦੀ ਨਹੀਂ ਜ਼ੋਰਾਂ ਦੀ ਖੇਡ ਹੈ, ਤਕਨੀਕ ਦੀ ਖੇਡ ਹੈ। ਉਹਨਾਂ ਨੌਜਵਾਨਾਂ ਨੂੰ ਪੁੱਛੋ ਜਿਹਨਾਂ ਨੇ ਕੱਛੇ ਬਲੈਣਾ ਲੈ ਕੇ ਕਬੱਡੀ ਦੀ ਜਿੱਦਾ ਰੱਖਿਆ ਮੁੰਡਾ ਅੱਜ ਵੀ ਕਬੱਡੀ ਕਬੱਡੀ ਦੀ ਚੜ੍ਹਦੀ ਸਵੇਰ ਅਗਲੀ ਰੇਲ ਪੁੰਡ ਲਈ ਵਧਿਆ ਹੋਇਆ ਖਿਡਾਰੀ ਹੁਣ ਵਿਉਂਤਬੰਦੀ ਬਣਦੇ ਹੋਏ। ਉੱਧਰ ਪੰਜਾਬ ਪੁਲਿਸ ਵਾਲਿਆਂ ਨੂੰ ਬੇਨਤੀ ਕੀਤੀ ਗਈ ਕਿ ਜਿਹੜੇ ਨੌਜਵਾਨ ਆ ਰਹੇ ਨੇ ਮੋਟਰਸਾਈਕਲਾਂ ਤੇ ਮੈਚ ਦੇਖਣ ਦੇ ਲਈ ਉਹਨਾਂ ਨੂੰ ਥੋੜ੍ਹੀ ਜਿਹੀ ਰਿਲੀਫ ਦਿੱਤੀ ਜਾਵੇ। ਔਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਮੁੱਖ ਮੰਤਰੀ ਦੇ ਉੱਪਰ ਸਾਡੇ ਆਫੀਸਰ ਬੈਠੇ ਨੇ, ਮੈਂ ਉਹਨਾਂ ਸਾਰੇ ਵੀਰਾਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਾਂਗਾ ਕਿਉਂਕਿ ਮਾਂ ਖੇਡ ਕਬੱਡੀ ਦਾ ਦਰਜਾ ਪੰਜਾਬ ਦੀ ਪੱਤੀ ਹੋਈ ਜਦੀ ਹੋਈ ਮਾਂ ਖੇਡ ਕਬੱਡੀ ਹੈ ਮੰਨਾ ਚਾਕਾ ਮਾਰੀ ਅਗਲੀ ਕਬੱਡੀ ਰਜਿੰਦਰ ਕੋਨਸਾ ਤੱਕਦੇ ਹੋਣਗੇ ਅਵਤਾਰ ਸਿੰਘ ਜੀ ਕੋਨਸਾ ਬੁੱਕਮਾਈ ਦੇ ਉੱਪਰ ਨੇ ਕਿ ਆਹ ਨੌਜਵਾਨ ਤਕੜਾ ਪਾਕਿਸਤਾਨ ਦੇ ਵਿੱਚ ਖੇਡਿਆ। ਅਗਲੀ ਰੇਟ ਪੁੰਡ ਲਈ ਬੰਦੂਕ ਤੋਂ ਵੀ ਦੁਨੀਆ ਡਰਦੀ ਹੈ, ਸ਼ਮਸ਼ੀਰ ਤੋਂ ਵੀ ਦੁਨੀਆ ਡਰਦੀ ਹੈ, ਇਹ ਹੁੰਦਾ ਸੱਪ ਦੀ ਲਕੀਰ ਦਾ ਸ਼ੇਰ ਦੀ ਦਹਾੜ ਤੋਂ ਵੀ ਦੁਨੀਆ ਡਰਦੀ ਹੈ। ਵੇਖੋ ਸਾਹਮਣੇ ਸ਼ੇਰ ਦੀ ਦਹਾੜ ਵਾਂਗੂ ਨੌਜਵਾਨਾਂ ਦੇ ਸਰੀਰ ਇੱਕੋ ਜਿਹੇ, ਇੱਕ ਪਾਸੇ ਰੰਗ ਬੰਨੇ ਦਾ ਥੋੜਾ ਜਿਹਾ ਕਾਲਾ, ਦੂਸਰੇ ਪਾਸੇ ਥੋੜਾ ਜਿਹਾ ਰੰਗ ਗੋਰਾ, ਮਾਣਾ ਬਡਾਲਾ ਫਾਟਕ ਦੀ ਧਰਤੀ ਦਾ ਔਰ ਪੁਆਇੰਟ ਦਾ ਵੀ ਹੈ। ਕੋਈ ਨੀ ਮੌਕਾ ਮਿਲੇਗਾ, ਫਿਰ ਮੌਕਾ ਮਿਲੇਗਾ ਅਗਲੀ ਪੁਆਇੰਟ ਉੱਪਰ ਜਿਹੜਾ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਜੁੜ ਚੁੱਕਾ। ਅਗਲੀ ਕਬੱਡੀ ਪੰਜਾਬ ਦੋਨਾਂ ਦੀ ਧਰਤੀ ਦਾ ਹੋਰ ਸੋਰੀ ਇਹ ਬੋਰਡ ਹੈ। ਅਗਲੀ ਕਬੱਡੀ ਪਾਸਰਾਪੁਰ ਪਿੰਡ ਹੈ, ਇਤਿਹਾਸਕ ਧਰਤੀ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆ ਕੇ ਉਸ ਧਰਤੀ ਤੇ ਸਰਹੰਦ ਨੂੰ ਫਤਿਹ ਕਰਕੇ ਛਾਉਣੀ ਬਣਾਈ ਸੀ। ਉਸੇ ਧਰਤੀ ਦਾ ਫੋਰਟ ਪਰਸਰਾਮਪੁਰੀ ਹੈ ਜਿੱਥੋਂ ਦਾ ਮਨਜਿੰਦਰ ਤੇ ਲੱਖਾ ਬੜੇ ਮਸ਼ਹੂਰ ਨੇ। ਕਦੇ ਜਗ੍ਹਾ ਦੀਆਂ ਗੱਲਾਂ ਹੁੰਦੀਆਂ ਤੇ ਇੱਕ ਪਾਸੇ ਪਰਸਰਾਮਪੁਰੀ ਆ ਫੋਰਟ ਔਰ ਦੂਸਰੇ ਪਾਸੇ ਬਹੁਤ ਹੀ ਕੀੜਾ ਖਿਡਾਰੀ ਗੱਲ ਮੁਸ਼ਕਲ ਕਰਦਾ ਬਲਪੁਰੀ ਹੈ। ਕਦੇ ਲੜਨੇ ਦੀਆਂ ਗੱਲਾਂ ਹੁੰਦੀਆਂ ਸ਼ੇਰਾ ਹੈ ਬਲਪੁਰੀ ਹੈ ਔਰ ਸ਼ੇਰਾ ਦੇ ਬਾਬੂ ਦਹਾੜ ਪਾਈ ਨੌਜਵਾਨ ਨੇ ਔਰ ਪੁਆਇੰਟ ਆਪਣੇ ਖਾਤੇ ਦੇ ਵਿੱਚ ਜੋੜ ਲਿਆ। ਇੱਕ ਇੱਕ ਨੰਬਰ ਦੋਨਾਂ ਟੀਮਾਂ ਦੇ ਲਈ ਜਿੱਤਣ ਦੇ ਲਈ ਜੱਫੇ ਜ਼ਰੂਰੀ ਨੇ ਔਰ ਹੌਸਲੇ ਦੇ ਨਾਲ ਖੇਡਣਾ। ਅਗਲੀ ਕਬੱਡੀ ਪਾਉਣ ਲਈ ਗੋਪੀ ਲੱਗੇ ਪਿੰਡੇ ਚੜ੍ਹੀ ਜਵਾਨੀ ਹਰ ਕੋਈ ਲੋਹਾ ਮੰਨੇ ਹੱਟ ਕਬੱਡੀ ਬੰਨੇ ਆ ਵੇ ਹੱਟ ਕਬੱਡੀ ਬੰਨੇ ਜਗ੍ਹਾ ਸਿਆ ਨਿਊਜ਼ੀਲੈਂਡ ਦਾ ਰਿਕਾਰਡ ਵੱਡਾ ਪਰ ਹਲਕਾ ਜਿਹਾ ਟੱਚ ਵੱਜਾ ਜੱਗੇ ਨਦੀਆਂ ਨੂੰ ਔਰ ਪੁਆਇੰਟ ਦਾ ਵੀ ਨੰਬਰ ਰੇਟ ਦਾ ਹੋ ਗਿਆ। ਦੇਖੋ ਗੱਭਰੂ ਨੇ ਸੰਮਾ ਵਾਲੀ ਡਾਂਗ ਵਰਗੇ ਮਤਾ ਚੁੱਕੇ ਗਰਾਊਂਡਾਂ ਨੂੰ ਟੇਕਦੇ ਜੀ ਲਿਸ਼ਕਦੇ ਪਿੰਡ ਤੁਸੀਂ ਧੁੱਪ ਵਰਗੇ ਦਰਸ਼ਕ ਦੇਖ ਕੇ ਅੱਖਾਂ ਸੇਕਦੇ ਜੀ ਵੀ ਰਾਜਪੁਰ ਕਬੱਡੀ ਦੇ ਪੇੜ ਫਸਵੇ ਲੋਕੀ ਅੱਡੀਆਂ ਚੁੱਕ ਚੁੱਕ ਕੇ ਦੇਖਦੇ ਜਿਹੜੇ ਦਰਸ਼ਕ ਅੱਡੀਆਂ ਚੁੱਕ ਚੁੱਕ ਕੇ ਦੇਖਦੇ ਹੈ। ਲੱਖਣ ਢਡਿਆਲਾ ਨੰਤ ਵਾਲਾ ਕਹਿੰਦੇ ਇਸ ਨੌਜਵਾਨ ਨੂੰ
सुखबीर सराहां नूं लक्कड़ दा मान हासिल है कनेडा की धरती से गाजीपुरी लक्कड़ होणा दी खेड क्लब दे लई और इस वक्त होणा दी खेड क्लब दे लई खेडण वाला यह लुधियाणा नाम की धरती का लक्कड़ हुण वक्करी गल करेगा इस पंड उप ताड़ी जरूर बजेगी और अच्छा अगली टीमां ग्राउंड दे विच पहुंच चुकिया ने और अगला जो मैच है बड़ा तकड़ा खेडिया जाऊगा एक एक जो नामी प्लेयर खेलेगा दो टीमों के बीच रवि सिद्धा दोनों की धरती का मोटे पट को खिंचता हुआ बंदा पर एक पासे जगा दुर्गा बादिया कहता कि आ नंबर मैं लवांगा रवि रवि कहता कि तुम तो हाथ पैर रखा पर पॉइंट आ गई हल्का हल्का जी जवान मिस हो रही है मैं गुस्ताखी की माफी चाहूंगा ये आखर का समा जरा कल बीत गया है अज फिर आखर आने वाला अगली बड़ी पंडाल दोनों की धरती है अगली सौखे नहीं हो जग में नाम चमकाने मित्रो रुतबे एवं नहीं आम तो खास बनते रंग में तुम्हें लगता है सदा भी फटके घोड़ा के नहीं इतिहास बनते घोड़ा फटके इतिहास नहीं बनते मेरे को सब पंडाल दोनों की धरती का शुभ ही अगली कबड्डी बलि सिंह जी तुलसा मुबारकबाद है ताकि सारी टीम को बहुत बहुत मुबारकबाद और इतने बस पॉइंट जरा वो धारी के हिस्से में चढ़ी कला कबड्डी क्लब सिलंधर के खाते एक नंबर का वादा हो गया अगली कबड्डी अमृतपाली पर कहने का कनेडा का तगड़ा खेल बड़ा खिलाड़ी अगली कबड्डी पाव है प्रदेश के बैठे भी जो साथी ने वो हाल चाल पुछते हैं बाद खेल कबड्डी का सीजन जो शुरू हो चुका है देखो सामने अगली जो उपर जगह रही पिंड वाला संदीप की कबड्डी का वारस है नहीं कर पा सकिया पॉइंट धावी बैठे प्रदेशी दिन धड़के पंजाब कभी कभी दिल पैदा रोल चमकी लिया होंदिया सी जिथे विरासत दियां गल्लां हो रहे हैं पंजाब तेरा नहीं वो चमकी लिया सियासी गंदी हो गई पंजाब की पाइया रहा ना वो चमकी लिया नशे के पुट खोटिया पंजाब में कई मामा के पुत्रा एक खोज चमकी लिया जहान जान सोचता कई बार बैठ गला पंजाब की अज है हो चमकी लिया पंजाब की अज है हो चमकी लिया देखो सामने अगली उल्टू उल्टू करती जवानी गल हो गई मुश्किल एक पसे शेरा पहला बहुत छोड़ा जफा भरिया फिर बापुरिया शेरा कोशिश करता होया पर मुंडा खोज के बढ़ गया पिंडे को मिट्टी नहीं अगर दिखती नजर ले और पॉइंट ता भी संदीप अगली कबड्डी अगली कबड्डी पाउंदे वास्ते बढ़िया होया नजर एक पसे संदीप कंडियाला नाम की धरती का अपनी खेल क्लब के पॉइंट लैके वापस मुड़ता है या नहीं मुड़ता है समय दिया गल हो गया उधर बज गई कैची समा हो गया फैसला 30 सैकंड दर्शकों ने तालियां मार के स्वागत कर दिता है कि आ जिहड़ा मुंडा है बहुत ही सोहनी कैची मार के पॉइंट का वाधा कीता चढ़ती कला कबड्डी क्लब सिलंधर उत्ते सिमरन साध ने बल अगली कबड्डी मोटरसाइकिल के नाल सत्कार किया गया ठहरे माझे ने कबड्डी कप के उपर उच्ची लैण के खेल बाबा मान सिंह जी पिहोए वाले वड्डा मान दिंदे ने कहते कि 11,000 रुपया 21,000 रुपया रेल के उपर लगता है और सामने जगह के नाल मुकाबला हो चुका है एक पासे सिमरन साहब का पर जगह बटाले पिंड वाला दोनों ने जूड़े के उपर बढ़ते हुए सुंदर रुमाल ने और पॉइंट लगा जाप जी के हिस्से के जुड़ चुका है मैं एक बार फिर सरकार के शिक्षकों का बहुत बहुत धन्यवाद करूंगा जिन्होंने बहुत बड़े उद्यम ने अज के खेल मेले को शिंगार के लिए मैं उन्होंने सारिया शिक्षकों का ਬਾਤ ਕਰਦਾ ਮਨਜਿੰਦਰ ਸਿੰਘ ਜੀ ਕੈਨੇਡਾ ਅਰਵਿੰਦਰ ਸਿੰਘ ਜੀ ਕੈਨੇਡਾ ਦਾ ਵੀ 1,00,000 ਰੁਪਈਆ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਔਰ ਅਵਤਾਰ ਸਿੰਘ ਜੀ ਧੂਤ ਅਮਰੀਕਾ ਦੇ ਜਸਰੀਤ ਸਿੰਘ ਜੀ ਧੂਤ ਅਮਰੀਕਾ 1,00,000 ਰੁਪਈਆ ਉਹਨਾਂ ਦੇ ਵੱਲੋਂ ਹੋਰ ਬਹੁਤ ਸਾਰੇ ਜਿਹੜੇ ਮਾਇਆ ਦੇ ਗੱਫੇ ਨੇ ਪਰ ਬੰਦਾ ਚੱਕਾ ਬਣ ਗਿਆ ਹਲਕੀ ਜਿਹੀ ਸੱਟ ਮਹਿਸੂਸ ਕਰਦਾ ਹੋਇਆ ਪੁਆਇੰਟ ਅੱਗੇ ਵਾਪਸ ਆਪਣੇ ਬਾਣੇ ਦੇ ਦਿੱਤੇ ਇੱਕ ਨੰਬਰ ਦਾ ਬਸ ਅਗਲੀ ਕਬੱਡੀ ਬੋਪਰ ਆਵਾਜ਼ੀ ਧਰਤੀ ਦਾ ਜੱਗਾ ਜੱਗਾ ਯਤਨੀ ਕਿਸੇ ਨੇ ਮਰ ਜਾਣਾ ਘਰ ਘਰ ਪੁੱਤ ਜੰਮਦੇ अगली कबड्डी पौंद रहे बोपा रावा की धरती है जगह और जी गैंद ने कहा धूत साहब ये मेहनत जी बाहर आई है वैसे भी जरा दसूए का एरिया बड़ा मशहूर है इतने जरा रश है कबड्डी में बहुत ज्यादा पैदा है जो मैं जिक्र करा सा उस्ताद लोग दसते हैं कि संसारपुर की बहुत बड़ी देन है हाकी मालपुर की देन है जी फुटबॉल और गाठी बाल की कबड्डी बहुत बड़ी देन है यह रही दुनिया तक मेरे नाम लिखते हैं पर देखो सामने अगली कबड्डी के उपर हूँ गोपी कहो जो मान करके आ गया चुके ढाबा बोले हुए इस करके नहीं कि ईन मन गया ये जी मां खेल कबड्डी लो सामने माने के मुकाबला हो पंजा हिट के और पॉइंट
ਤਲਾਣੀ ਦੇ ਸ਼ਹਿਰ ਦੇ ਵਾਂਗ ਨੌਜਵਾਨ ਸਿੱਖ ਦੇ ਵਿੱਚ ਵੱਜਾ ਪਰ ਪੰਚਰ ਦੀ ਕਲਾ ਕਬੱਡੀ ਕਲੱਬ ਪੁਆਇੰਟ ਜਿਹੜਾ ਉਹ ਧਾਵੀ ਦੇ ਹਿੱਸੇ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਕਬੱਡੀ ਕਲੱਬ ਅੰਮ੍ਰਿਤਸਰ ਦੇ ਅਗਲੇ ਮੈਚ ਜਿਹੜੇ ਬੜੇ ਤਕੜੇ ਹੋਣੇ ਨੇ ਇੱਕ ਇੱਕ ਚੋਟੀ ਦਾ ਖਿਡਾਰੀ ਪਹੁੰਚ ਰਿਹਾ ਵੇਖੋ ਅਗਲੀ ਕਬੱਡੀ ਦੇ ਉੱਪਰ ਕੌਣ ਜਿਗਰਾ ਕਰੇਗਾ ਹੌਸਲਾ ਕਰੇਗਾ ਪੰਡਾਲ ਦਾ ਸੋਖਾ ਵੀ ਪਹੁੰਚ ਗਿਆ ਬਾਕੀ ਪਰਜੀਤ ਪ੍ਰਿਆ ਵੀ ਪਹੁੰਚ ਗਿਆ ਰੋਣੀਆਂ ਵਾਲਾ ਪੰਡਿਤ ਵੀ ਆਇਆ ਹੈ ਔਰ 3 ਲੱਖ ਦਾ ਜੱਫਾ ਲਾਉਣ ਦਾ ਬਹੁਤ ਵੱਡਾ ਮਾਣ ਹਾਸਲ ਹੈ ਇਸ ਨੌਜਵਾਨ ਨੂੰ ਔਰ ਦੁਨੀਆਂ ਦੇ ਮਹਾਨ ਰੇਸ਼ਮ ਜਾਮਾ ਰਹੇ ਔਰ ਵੱਖ ਵੱਖ ਖੇਡ ਮੈਦਾਨਾਂ ਦੀ ਗੱਲਾਂ ਹੁੰਦੀਆਂ ਇਹਨਾਂ ਨੌਜਵਾਨਾਂ ਦੀਆਂ ਜਿਹੜਾ ਮੈਚ ਹੈ ਬਲਵੰਤ ਸਿੰਘ ਮਾਨਾ ਵੀ ਪਹੁੰਚ ਗਿਆ ਬਲੀ ਸਿੰਘ ਦੀ ਧੂਮ ਸਾਹਿਬ ਇੱਧਰ ਮਾਰੋ ਨਜ਼ਰ ਜਿਹੜਾ ਖੇਡ ਮੈਦਾਨ ਦੇ ਵਿੱਚ ਦੁਨੀਆਂ ਦੇ ਸਟਾਰ ਨੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਮਾਲਕ ਮਿਹਰ ਕਰੇ ਮੇਜ਼ ਨੂੰ ਫੜ ਲੱਗਾ ਪਰ ਸਾਹਮਣੇ ਕਹਿੰਦਾ ਕਿ ਮੈਂ ਜੱਫਾ ਭਰਾਂਗਾ ਇੱਕ ਪਾਸੇ ਸੋਨੀ ਭੰਡਾਰ ਪਿੰਡ ਵਾਲਾ ਪਰ ਜੱਗਾ ਦੁੱਧਾ ਵਾਧੀ ਹੈ ਪੁਆਇੰਟ ਅੱਗੇ ਵਾਪਸ ਨੰਬਰ ਧਾਵੀ ਦੇ ਹਿੱਸੇ ਦੇ ਬਹੁਤ ਹੀ ਸੋਹਣਾ ਪੁਆਇੰਟ ਜਿਹੜਾ ਉਹ ਧਾਵੀ ਦਾ ਹੋ ਗਿਆ ਇੱਕ ਕਿਨਾਮੀ ਪਲੇਅਰ ਮੁੰਡਾ ਖੋਜੇ ਵਾਲੀ ਆ ਅਗਲੀ ਕਬੱਡੀ ਇੱਧਰ ਕੋਈ ਕਹਿੰਦੇ ਕਿ ਲਾਓ ਜੱਫਾ ਲਾਉਂਦੇ ਨੂੰ ਜੱਫਿਆਂ ਦੇ ਨਾਲ ਹਾਰਾ ਜਿੱਤਾਂ ਨੇ ਹੌਸਲੇ ਨਾਲ ਖੇਡਾਂ ਖੇਡੀਆਂ ਜਾਂਦੀਆਂ ਨੇ ਵੇਖੋ ਸਾਹਮਣੇ ਅਗਲੀ ਕਬੱਡੀ ਇੱਧਰ ਅਮਨਵੀਰ ਠੀਕਰੀ ਵੀ ਪਹੁੰਚ ਗਿਆ ਦੁਨੀਆਂ ਦੇ ਮਹਾਨ ਖਿਡਾਰੀ ਪੁੱਜੇ ਨੇ ਔਰ ਵੇਖੋ ਸਾਹਮਣੇ ਕੰਧ ਵਰ ਕੇ ਜੱਗਾ ਇੱਕ ਪਾਸੇ ਮੁੰਡਾ ਖੋਜੇ ਵਾਲੀ ਆ ਜੱਗਾ ਐਨ ਹੱਥਿਆਂ ਦੇ ਬਿਲਕੁਲ ਸਾਹਮਣੇ ਬਲ ਭਰਦਾ ਯਤਨ ਕਰਦਾ ਹੋਇਆ ਪਰ ਕਾਮਯਾਬੀ ਰੇਡਰ ਦੇ ਕਦਮ ਚੁੱਪ ਜੀ ਨੰਬਰ ਰੇਡਰ ਦੇ ਹਿੱਸੇ ਦੇ ਇੱਕ ਨੰਬਰ ਦਾ ਵਾਧਾ ਹੋ ਗਿਆ ਸੰਦੀਪ ਅਗਲੀ ਕਹਿੰਦੇ ਸੰਦੀਪ ਦੀ ਸ਼ਾਨ ਮਸ਼ਹੂਰ ਹੋਈ ਪਰ ਆਹ ਜਿਹੜਾ ਸੰਦੀਪ ਅਗਲੀ ਕਬੱਡੀ ਪਾਉਂਦਾ ਹੈ ਸ੍ਰੀ ਗੁਰੂ ਰਾਮਦਾਸ ਕਬੱਡੀ ਕਲੱਬ ਅੰਮ੍ਰਿਤਸਰ ਦੇ ਵਾਸਤੇ ਨੌਜਵਾਨ ਨੇ ਕਬੱਡੀ ਪਾਈ ਹੈ ਔਰ ਚੌਹਾਂ ਦੇ ਵਿੱਚੋਂ ਕੌਣ ਜਿਗਰਾ ਕਰੇਗਾ ਦੋ ਨੰਬਰ ਦਾ ਬਹੁਤ ਹੀ ਸੋਹਣੀ ਚੁਸਤੀ ਦੇ ਨਾਲ ਇੱਧਰ ਕੁਝ ਕੱਢੀ ਮੋਟੇ ਪੱਟ ਨੂੰ ਖਿੱਚਦਾ ਹੋਇਆ ਨੌਜਵਾਨ ਚਿਹਰਾ ਦੇਖ ਕੇ ਦੱਸਦਾ ਇਹ ਜੱਗਾ ਲੰਬੀਆਂ ਪਿੰਡ ਵਾਲਾ ਨਿਊਜ਼ੀਲੈਂਡ ਦੇ ਵਿੱਚ ਬਹੁਤ ਹੀ ਟੌਪਰ ਖੇਡਣ ਵਾਲਾ ਸੰਦੀਪ ਮਾਰਦਾ ਇਹ ਸ਼ਾਲ ਸੋਨੂੰ ਉੱਚੀ ਚੱਪ ਦੀ ਸੋਮ ਰੁੜਕੀ ਵਿੱਚ ਕਹਿੰਦੇ ਲੋਕੀ ਬੜਾ ਹੀ ਕਰੰਟ ਜੀ ਕਾਕਾ ਕਾਲੀ ਵਾਲਾ ਨੇ ਸੋਹਣੀ ਬੜੀ ਕਰਦਾ ਸੁਰਖਪੁਰੀਆ ਦੁੱਲਾ ਬਬਰ ਸ਼ੇਰਾ ਜਿਹਾ ਲੱਗਦਾ ਤਹਿਲ ਕਹਾ ਬੜਾ ਢਲਾਉਣ ਵਾਲੇ ਗੁਰਲਾਲ ਦਾ ਮੁਰੂ ਪੂਰਾ ਪੂਰਾ ਪੈਂਦਾ ਸੰਦੀਪ ਲੱਲੀਆਂ ਦੀ ਚਾਲ ਆਪਣੀ ਆਪਾਂ ਯਾਦ ਰੱਖਣੀ ਹੈ ਖੋਜਦੀ ਪੁਰਨੰਦਰ ਸਰਾਲ ਜਿਹੜੇ ਪਿੰਡ ਪੱਧਰ 3 ਖਿਡਾਰੀ ਬਾਹਰੋਂ 48,00 ਤੇ 61,000 ਰੁਪਇਆ ਪ੍ਰਾਈਜ਼ ਹੈ ਔਰ ਬੈਸਟ ਦੇ ਬੈਸਟ ਆਫਰ ਲਈ ਮੋਟਰਸਾਈਕਲਾਂ ਦੇ ਨਾਲ ਮਾਨ ਸਤਿਕਾਰ ਕੀਤਾ ਜਾਣਾ ਹੈ ਉਸ ਸਮੇਂ ਮੋਹ ਭਰਾਵਾਂ ਪਿੰਡ ਵਾਲਾ ਜੱਗਾ ਜੱਗੇ ਦੇ ਨਾਲ ਮੁਕਾਬਲਾ ਕਰਕੇ ਵਾਪਸ ਆ ਗਿਆ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਚਾਂਦੀ ਕਲਾ ਕਬੱਡੀ ਕਲੱਬ ਜਲੰਧਰ ਦੇ ਖਾਤੇ ਦੇ ਵਿੱਚ ਜੁੜ ਚੁੱਕਾ ਇੱਕ ਨੰਬਰ ਦਾ ਵਾਧਾ ਹੋ ਗਿਆ ਅੰਤਮ ਪਲ ਕੁਝ ਸਮਾਂ ਹੈ ਜਿਹੜਾ ਬੈਲੈਂਸ ਹੈ ਉਸ ਤੋਂ ਅਗਲੇ ਮੈਚ ਦੀਆਂ ਗੱਲਾਂ ਹੋਣਗੀਆਂ ਔਰ ਮਾਈਕ ਤੇ ਸਾਡੇ ਬਹੁਤ ਸਤਿਕਾਰਯੋਗ ਸ਼ਖਸੀਅਤ ਮਾਈਕ ਤੋਂ ਆਪਣੀ ਜਿਹੜੀ ਆਵਾਜ਼ ਦੇ ਨਾਲ ਮਾਰਕੀਟ ਕਬੱਡੀ ਦੀ ਬਹੁਤ ਸੋਹਣੀ ਸੇਵਾ ਕਰਨਗੇ ਰਵੀ ਸਿੱਧਵਾ ਦੋਨਾਂ ਦੀ ਧਰਤੀ ਦਾ ਵੀ ਨੌਜਵਾਨ ਦਰਸ਼ਕ ਗੱਲਾਂ ਕਰਦੇ ਕਿ ਆ ਮੁੰਡਾ ਚੀੜਾ ਬਹੁਤ ਹੈ ਜੇ ਬਿਲਕੁਲ ਸਹੀ ਗੱਲ ਹੈ ਤੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਨੌਜਵਾਨ ਨੇ ਵਾਕਿਆ ਚੀੜਾ ਹੈ ਔਰ ਬਹੁਤ ਹੀ ਸੋਹਣਾ ਪਿਆਰਾ ਜੱਫਾ ਭਰਿਆ ਇਹਦੇ ਨਾਲ ਮੈਚ ਦਾ ਸਮਾਂ ਸਮਾਪਤ ਅੰਕ ਜਿਹੜੇ ਆ ਮੁੱਖ ਸਟੇਜ ਉੱਪਰੋਂ ਬੋਲੇ ਜਾਣਗੇ ਸਾਡੇ ਸੋਢੀ ਸਾਹਿਬ ਰੋਬਿਨ ਪੈਲਸ ਵਾਲੇ ਨੂੰ ਦੱਸੋ ਪਹਿਲੀ ਕਬੱਡੀ ਧਾਲੀਵਾਲ ਬੇਟ ਦਾ ਜੰਪਲ ਇਹ ਟੌਰ ਪਰਿਵਾਰ ਦਾ ਪੁੱਤ ਹੈ ਹੈਪੀ ਧਾਲੀਵਾਲ ਬੇਟ ਪਹਿਲੀ ਰੇਡ ਪਾਉਂਦਾ ਹੈ ਜਾਫੀਆਂ ਦੇ ਵਿੱਚ ਵਿੱਕੀ ਸ਼ੇਖ ਦੌਲਤ ਇੱਧਰ ਕਿਰਕ ਵਾਲੇ ਬੋੜੇ ਦੇ ਨਾਲ ਮੁਕਾਬਲਾ ਹੋਇਆ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਕਾਲਪਿਤ ਗਾਗੜੇ ਵਾਲਾ ਚੜ੍ਹਦੀ ਪ੍ਰੇਸ ਦਾ ਨੌਜਵਾਨ ਪਹਿਲੀ ਕਬੱਡੀ ਹਰਜੀਤ ਕਲੱਬ ਬੱਧਣੀ ਵੱਲੋਂ ਪਾਉਂਦਾ ਹੈ ਇਹ ਡਾਕਟਰ ਦੀ ਕਬੱਡੀ ਹੈ ਇੱਕ ਡਾਕਟਰ ਕਾਲੇਂਗੇ ਦੀ ਧਰਤੀ ਨਾ ਇਹ ਡਾਕਟਰ ਗਗੜੇ ਦੀ ਧਰਤੀ ਨਾ ਮੋਗੇ ਦੀ ਧਰਤੀ ਨਾ ਸਾਹਮਣੇ ਸੰਦੀਪ ਬਹੁ ਅਮਾਨ ਵਾਲਾ ਨਹੀਂ ਜੱਫਾ ਲਾ ਸਕਿਆ ਕੋਈ ਗੱਲ ਨੀ ਨੌਜਵਾਨਾਂ ਉਹੀ ਜਿੱਤ ਦੇ ਬਾਜੀ ਵਿੱਚ ਦੁਨੀਆਂ ਜਿਹੜੇ ਜਿੱਤਣ ਲਈ ਬਾਜੀਆਂ ਹਾਰਦੇ ਨੇ ਉੱਠ ਖਾਲਸਾ ਗੁਰੂ ਦੇ ਬਾਜ ਲਾਲ ਤੈਨੂੰ ਬਾਜਾਂ ਵਿੱਚ ਸਰਹੰਦ ਦੇ ਮਾਰਦੇ ਨੇ ਸਾਡੇ ਦਲਬਾਗ ਸਿੰਘ ਜੀ ਖਿਆਲਾ ਬਲਾਕ ਸਮਿਤੀ ਦੇ ਮੈਂਬਰ ਜੀ ਆ ਆਖਾਂਗੇ ਸਰਦਾਰ ਦਰਬਾਰ ਸਿੰਘ ਜੀ ਖਿਆਲਾ ਬੁਲੰਦਾ ਇੱਧਰ ਅਮਨਦੀਪ ਮੋਤੀ ਡੇਰੀ ਵਾਲ ਵਾਲਾ ਅਗਲੀ ਰੇਡ ਪਾਉਂਦਾ ਹੈ ਜਿਹਨੂੰ ਪਿਆਰ ਦੇ ਨਾਲ ਮੋਤੀ ਕਹਿੰਦੇ ਹੈ ਸਖਬਿੰਦਰ ਲਾਡੀ ਦਾ ਸ਼ਿਗਿਰਦ ਅੱਜ ਪੰਡਿਤ ਮਦਨ ਪਾਲ ਦੀ ਟੀਮ ਵੱਲੋਂ ਰੇਡ ਪਾਉਂਦਾ ਹੋਇਆ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਨੌਜਵਾਨ ਦਾ ਫਰੀਦਕੋਟ ਸ਼ਹਿਰ ਦੇ ਲਾਗੇ ਢੁੱਡੀ ਪਿੰਡ ਹੈ ਇਹ ਰਮਨ ਢੁੱਡੀ ਵਾਲਾ ਅਗਲੀ ਰੇਡ ਪਾਉਂਦਾ ਹੈ ਬਾਬੇ ਫਰੀਦ ਦੇ ਜਦ ਵੀ ਸਾਨੂੰ ਕੋਈ ਸਲੋਕ ਸੁਣਾਉਂਦਾ ਏ ਸਿਰ ਤੇ ਚੱਕੀ ਟੋਕਰੀ ਵਾਲਾ ਸਾਕਾ ਚੇਤੇ ਆਉਂਦਾ ਏ ਭਗਤਾਂ ਨਾਲ ਵੀ ਘੱਟ ਨਹੀਂ ਕੀਤੀ ਸਮੇਂ ਦੀਆਂ ਸਰਕਾਰਾਂ ਨੇ ਰੱਜ ਕੇ ਭਗਤੀ ਕਰਨਾ ਬੰਦਿਆਂ ਭਗਤੀ ਵਿੱਚ ਬਹਾਰਾਂ ਨੇ ਪੰਡਿਤ
ਰੋੜੀਆਂ ਵਾਲਾ ਅਗਲੀ ਰੇਡ ਪਾਉਂਦਾ ਹੈ ਪੁੱਤ ਪੰਜਾਬੀ ਫੁੱਲ ਗੁਲਾਬੀ ਖੇਡਣ ਕਬੱਡੀ ਮੈਂ ਸੱਦ ਕੇ ਜਾਵਾਂ ਜਿਨ੍ਹਾਂ ਨੇ ਜੰਮਿਓ ਧਾਨਿਓ ਮਾਵਾਂ ਕਿਤੇ ਰੇਡ ਪੈਂਦੀ ਟੌਪ ਤੋਂ ਟੌਪ ਗੋਰਾ ਚੜੇਕ ਵਾਲਾ ਮੱਖਣ ਚੜੇਕ ਦਾ ਪੇਂਡੂ ਚੜੇਕ ਦੀ ਗੱਲ ਲੋਕ ਗੀਤਾਂ ਦੇ ਵਿੱਚ ਵੀ ਹੁੰਦੀ ਹੈ ਚੱਲ ਚੱਲੀਏ ਚੜੇਕ ਦੇ ਮੇਲੇ ਤੇ ਮੁੰਡਾ ਤੇਰਾ ਮੈਂ ਚੱਕ ਲਊਂ ਚੱਲ ਚੱਲੀਏ ਚੜੇਕ ਦੇ ਮੇਲੇ ਅਗਲੀ ਕਬੱਡੀ ਨਾਜ਼ਮ ਗਗਰੇ ਵਾਲਾ ਅਗਲੀ ਰੇਡ ਪਾਉਂਦਾ ਹੋਇਆ ਹਰਜੀਤ ਕਲੱਬ ਬੱਦੜੀ ਵੱਲੋਂ ਨੌਜਵਾਨ ਦਾ ਚਮਕਦਾ ਹੋਇਆ ਪਿੰਡਾ ਉਹਦਾ ਅੰਗ ਅੰਗ ਜਦ ਫੜਕਦਾ ਏ ਜਿਹੜਾ ਹੋਵੇ ਸ਼ੇਰ ਕਬੱਡੀ ਦਾ ਨੰਗੇ ਪਿੰਡੇ ਤੋਂ ਪਤਾ ਲੱਗ ਜਾਂਦਾ ਜਿਹੜਾ ਅਸਲੀ ਪਲੇਅਰ ਕਬੱਡੀ ਦਾ ਪੁਰੰਦਰ ਧਾਲੀਵਾਲ ਅਗਲੀ ਕਬੱਡੀ ਪਾਉਂਦਾ ਹੈ ਮੰਨਿਆ ਪਰਮੰਨਿਆ ਖਿਡਾਰੀ ਹੈ ਇਹ ਗੁਰਿੰਦਰ ਧਾਲੀਵਾਲ ਦੀ ਕਬੱਡੀ ਹੈ ਨਹੀਂ ਹੁੰਦਾ ਖਿਡਾਰੀ ਬਣ ਕੇ ਜੇ ਮਨ ਵਿੱਚ ਖੇਡਣੇ ਦਾ ਚਾਅ ਹੋਵੇ ਨਾ ਸ਼ੌਂਕ ਬਿਨਾਂ ਕਦੇ ਨਹੀਂ ਉਹ ਜੱਫਾ ਲੱਗਦਾ ਸ਼ੌਂਕ ਬਿਨਾਂ ਕਦੇ ਰੇਡ ਪਾ ਹੋਵੇ ਨਾ ਜੇਕਰ ਮਾਲਕ ਦੀ ਹੋਵੇ ਨਾ ਕਿਰਪਾ ਕਬੱਡੀ ਖੇਡ ਕੇ ਦਿਖਾ ਹੋਵੇ ਨਾ ਹੈਪੀ ਸ਼ੇਖ ਦੌਲਤ ਵਾਲਾ ਨਹੀਂ ਜੱਫਾ ਲਾ ਸਕਿਆ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਆ ਨੌਜਵਾਨ ਹੈਪੀ ਅਗਲੀ ਕਬੱਡੀ ਧਰਤੀ ਨੂੰ ਟੇਕ ਰੇਡ ਪਾਉਂਦੇ ਮੰਦਾ ਧਰਤੀ ਨੂੰ ਟੇਕ ਕੇ ਭੁੱਖ ਲੈਂਦੀ ਜਦੋਂ ਪਿੰਡਿਆਂ ਨੂੰ ਦੇਖ ਕੇ ਜਦੋਂ ਬਾਹਰ ਮੱਪ ਹੋ ਕੇ ਛਾਲ ਲਾਉਂਦੇ ਨੇ ਗੱਭਰੂ ਕਬੱਡੀ ਖੇਡ ਕੇ ਪੂਰਾ ਜੱਗ ਦੇ ਨਾਂ ਕਮਚਾਉਂਦੇ ਨੇ ਸਾਹਮਣੇ ਦੁਨੀਆਂ ਦਾ ਮਹਾਨ ਕਬੱਡੀ ਖਿਡਾਰੀ ਹੈ ਕੋਠੇ ਜੱਟਾਂ ਵਾਲਾ ਲੱਖਾ ਕਦੀ ਅਮਰੀਕਾ ਖੇਡਦਾ ਹੈ ਕਦੀ ਯੂਰਪ ਦੀ ਧਰਤੀ ਤੇ ਮਿਲੀ ਪਿਲੀ ਸਪੋਰਟਸ ਕਲੱਬ ਕ੍ਰੋਏਸ਼ੀਆ ਵੱਲੋਂ ਵੱਡੇ ਜੱਫੇ ਲਾਉਂਦਾ ਹੈ ਪੁਆਇੰਟ ਜਾਫੀ ਦੇ ਖਾਤਰ ਵਿੱਚ ਜੁੜ ਗਿਆ ਅਗਲੀ ਕਬੱਡੀ ਸੁਖਵਿੰਦਰ ਟੀ ਜਿਹੜਾ 13 ਫਰਵਰੀ 2013 ਨੂੰ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਦੇ ਵਿੱਚ ਦੂਸਰੇ ਕਮਿਸ਼ਨਰ ਗੋਲਡ ਕਬੱਡੀ ਕੱਪ ਦੇ ਵਿੱਚ ਬੈਟ ਰੇਡਰ ਬਣ ਕੇ ਮੋਟਰਸਾਈਕਲ ਜਿੱਤ ਕੇ ਲਿਆ ਸੀ ਫਿਰ ਪਾਕਿਸਤਾਨ ਦੀ ਧਰਤੀ ਤੇ ਗੱਲਾਂ ਹੋਈਆਂ ਸੀ ਕਿ ਉੱਧਰ ਹੀ ਰਹਿ ਗਿਆ ਨਨਕਾਣਾ ਸਾਹਿਬ ਅਸਾਂ ਦਾ ਉਸੇ ਧਰਤੀ ਤੇ ਪੰਜਾ ਸਾਹਿਬ ਥੱਪ ਦਾ ਉੱਧਰ ਹੀ ਕਰਤਾਰਪੁਰ ਜਿਹੜੇ ਖੇਤਾਂ ਵਿੱਚ ਹਾਲ ਗੁਰੂ ਨਾਨਕ ਜੀ ਦਾ ਰਿਹਾ ਵਗਦਾ ਸਾਡੀ ਸ਼ਾਇਰੀ ਵਾਲਾ ਢੰਗ ਵੀ ਹੈ ਉੱਧਰ ਹੀ ਵੇਲਿਆਂ ਚ ਰਾਂਗਾ ਜਿੱਥੇ ਹੀਰ ਨੂੰ ਸੀ ਲੱਭਦਾ ਜਹਾਨ ਯਾਰਾ ਬਾਗੇ ਦੋਹਾਂ ਪਾਰ ਸਾਡਾ ਬਹੁਤ ਕੁਝ ਤਾਂ ਹੀ ਪਾਕਿਸਤਾਨ ਸਾਨੂੰ ਆਪਣਾ ਲੱਗਦਾ ਇੱਕ ਪਾਸੇ ਡਾਕਟਰ ਗਗੇ ਵਾਲਾ ਦੂਏ ਪਾਸੇ ਲੱਖਾਂ ਕੋਠੇ ਜੱਟਾਂ ਵਾਲਾ ਇਸ ਇਲਾਕੇ ਦਾ ਮਹਾਨ ਖਿਡਾਰੀ ਕਹਿੰਦਾ ਕਿ ਜੱਫਾ ਮੇਰਾ ਹੈ ਕਿਉਂਕਿ ਮੈਂ ਪਰਮਾਤਮਾ ਤੋਂ ਜੱਫੇ ਮੰਗੇ ਹੈ ਬਲੀ ਸਿੰਘ ਜੀ ਧੂਠ ਸਾਹਿਬ ਖੁਸ਼ ਨੇ ਸਿਰੇ ਦੇ ਖਿਡਾਰੀ ਪਹੁੰਚ ਗਏ ਪਰ ਬੜੀ ਕਰਨੀ ਪਈ ਉੱਥੇ ਸਾਡੇ ਸਰਜੀਤ ਸਿੰਘ ਜੀ ਸੀਤਾ ਮਾਨਗੜ੍ਹ ਤੋਂ ਪਹੁੰਚੇ ਹੈ ਮਾਸਟਰ ਸਰਜੀਤ ਸਿੰਘ ਜੀ ਜਲੋਵਾਲ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਉਹ ਵੀ ਪਹੁੰਚੇ ਹੋਏ ਨੇ ਤੇ ਸਾਹਮਣੇ ਨੌਜਵਾਨ ਜੱਫੇ ਦੀ ਗੱਲ ਕਰਦਾ ਹੈ ਹੁੰਦੀ ਹੋਈ ਖਿੱਚ ਤੂੰ ਬੀਤਦਾ ਹੋਇਆ ਸਮਾਂ ਇਹ ਨੌਜਵਾਨ ਸੋਨਾ ਜੱਫਾ ਲਾਉਂਦਾ ਹੋਇਆ ਭਰੀ ਹੋਈ ਬਗਲ ਬੀਤਦਾ ਹੋਇਆ ਸਮਾਂ ਤਾੜੀਆਂ ਮਾਰਦੋ ਦਸ਼ਮੀਰੋ ਤਾੜੀਆਂ ਹਰਜੀਤ ਕਲੱਬ ਬੱਦੜੀ ਦੇ ਖਾਤੇ ਵਿੱਚ ਜੁੜਦਾ ਹੋਇਆ ਰਮਨ ਢੁੱਡੀ ਵਾਲਾ ਅਗਲੀ ਰੇਡ ਪਾਉਂਦਾ ਹੈ ਧਰਤੀ ਨੂੰ ਮੱਥਾ ਇਹ ਰਮਨ ਢੁੱਡੀ ਦੀ ਕਬੱਡੀ ਹੈ ਸਟੈਮਨਾ ਵਧਾਉਣਾ ਵਾਲੀਬਾਲ ਖੇਡੀਏ ਰੇਸ ਜੇ ਵਧਾਉਣੀ ਫੁੱਟਬਾਲ ਖੇਡੀਏ ਸਾਹ ਜੇ ਪਕਾਉਣਾ ਫਿਰ ਕਰੋ ਕੁਸ਼ਤੀ ਹੈਂਡਬਾਲ ਹੁੰਦਾ ਹੱਥਾਂ ਨੂੰ ਪਕਾਉਣ ਨੂੰ ਟੱਕ ਟੱਕ ਜਿਸ ਨੂੰ ਹੈ ਜੋਸ਼ ਚੜਦਾ ਕਬੱਡੀ ਖੇਡ ਖੇਡੀਏ ਪਟਾਕੇ ਪਾਉਣ ਸਾਡਾ ਅਰਵਿੰਦ ਧੂਤ ਬਲੀ ਸਿੰਘ ਧੂਤ ਦਾ ਬੇਟਾ ਮੇਰੀ ਜ਼ਿੰਦਗੀ ਦਾ ਪਰਮ ਪਿਆਰਾ ਮਿੱਤਰ ਜੇ ਨੌਜਵਾਨ ਨੇ ਸਿੱਖੀ ਨੂੰ ਵੀ ਸਾਂਭਿਆ ਹੋਇਆ ਉਹ ਜਿਹੜੀ ਲਾਲ ਕਿਲੇ ਦੀਆਂ ਕੰਧਾਂ ਚੋਂ ਨਜ਼ਰੀ ਆਉਂਦੀ ਹੈ ਲਾਲ ਕਿਲੇ ਤੇ ਅੱਜ ਵੀ ਚਮਕ ਰਿਹਾ ਰੰਗ ਲਾਲ ਲਹੂ ਦੀਆਂ ਧਾਰਾਂ ਦਾ ਚਮਕੌਰ ਗੜੀ ਦਾ ਸਦਕਾ ਜਾ ਸਰਹੰਦ ਦੀਆਂ ਦੀਵਾਰਾਂ ਦਾ ਇੱਕ ਪਾਸੇ ਮੋਦੀ ਤੇਰੀਵਾਲ ਦੂਏ ਪਾਸੇ ਗੋਰਾ ਚੜੇਕ ਵਾਲਾ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਨਾਜ਼ਮ ਗਗੜੇ ਵਾਲਾ ਜ਼ਿਲ੍ਹੇ ਮੋਗੇ ਦਾ ਖਿਡਾਰੀ ਮੱਖਣ ਚੜੇਕ ਵਰ ਗਏ ਵੀਰੂ ਵੱਡੇ ਘਰ ਵਰਗੇ ਗੁਰ ਪਿਆਰ ਵਰਗੇ ਖਾਰੇ ਦੇ ਭਾਂਸੇ ਵਰਗੇ ਖਿਡਾਰੀ ਪੈਦਾ ਕੀਤੇ ਹੈ ਮੱਖਣ ਚੜੇਕ ਤੇ ਵੀਰੂ ਸੇਵੀ ਘੋੜੀਏ ਵਾਲਾ ਕੇਲਾ ਅੰਗਰੇਜ਼ ਅੜੈਂਚਾ ਜਗਤਾਰ ਧਨੌਲਾ
लुट लेंगे मेला सवरने वांगू गुट फट फट के किन्ने रेटर थमने काली आने दे काले बन गए मुड़ मुड़ के जमने हरजीत बराड़ा तेरे काटे अज सौदे ने कई रेटा पौधे ने कई जफ्फे लौदे ने संदीप बाऊ अमृतसरिया जिस नौजवान ने जफ्फा लाया पंडित जलाल गोपाल दास नौजवान का नाम है पर शॉट कट इस नौजवान नू नितन पंडित कहते हैं सामने बबू मचाकी वाला यह मचाकी वाला बबू लाम सलमा गबरू कहना नंग नौजवान रास्ता बनाना हो जिमें पंजाबी का शायर सुरजीत पात्र कहता है मैं रास्तिया से नहीं तुरता मैं तुरता हाँ उठे राह बनते हैप्पी मलिया वाला अगली कबड्डी पाउंदा है ये हैप्पी दी कबड्डी है जाफिया दे सामने मानक एक कुलदीप मानक जेरी बात गुरदास मान ने किया है कि मानक हाथम का गया काके नवीं कलियां दी मुड़ मुड़ याद सतावे पिंड दियां गलियां दी एक मानक आ जेरी बात किसे ने किया है कि मानक अट कराउंदा लाके जफियां दी पूरी नेरी ल्याउंदा तौणा तफियां दी पर पॉइंट रेडर दे खाते विच जुड़दा होया अगली कबड्डी पाउंदा यह गुरिंदर ताली बाल अगली रेट पाउंदा है फेसबुक दे नौजवान दे पूरे चढ़ते है कोई मरे खिलाड़ी दी खेर उत्ते कोई मरे खिलाड़ी दे ठोके उत्ते लोकी अपने दिल कुर्बान करदे कबड्डी लई पड़े पोते उत्ते जहान यारा सुन कबड्डी दी गल चलदी कदी यूट्यूब उत्ते कदी फेसबुक उत्ते तार संगी तूं साल बल्ले बल्ले हो गई है मनजिंदर तूत वो भी कनेडा तो तकदा है साडा रवि भी कनेडा तो तक रहा है क्योंकि कनेडा दे विच काम करने बड़े औखे है ते फिर कबड्डी दे पैसे भेजने तियां औखियां गल्लां ने सामने लाडी बजोड़ा अगली रेट पाउंदा है पाकिस्तान जो मोटरसाइकिल जितया बल्ले बल्ले करवाई बजोड़े वाले लाडी दी कबड्डी फुल चढ़ाई सामने हिक दे विच वाजदा होया पॉइंट रेटर दे खाते दे विच हिक दे विच जोर है जिवें ज्ञानी जोगा सिंह जोगी ने लिखिया है जे हिक विच जोर होवे तां पुछदे सतनामा हरजीत बराड़ कहे बिरले पुत जमदियां मावा दुनिया दा महान कबड्डी खिलाड़ी बागी परमजीत पुरिया भी पहुंचा होया है उत्थे एक मशहूर भी पहुंचा है सुखा भंडाल भी पहुंचा है जिन्होंने आने वाले समय दे विच अज टूट कला दी धरती ते अवतार संगी टूट ते दलबाग संगी ख्याला दोनों शख्सियत ने हमेशा ही सतबीर जहान नूं बड़ा मान दिता है अज भी बहुत बड़ा मान बहुत बड़ा सत्कार उन्हां वलों आया है सरदार परमजीत सिंह जी टूट जिहड़े कि खजाना मंत्री ने मैं बली सिंह टूट साहब का भी धन्यवादी है क्योंकि जनवरी नूं धरती वाले दिन धरती ते माइक ते बोलदिआं बोलदिआं साह जिहड़ा उह साथ छड गिआ है परमात्मा ने फिर कृपा कीती है माड़ा मोटा माइक फड़न दे योग होए है ते सामने पॉइंट रेडर दे खाते दे विच जुड़ गया अगली कबड्डी पाउण दे लई सामने नौजवान अमनदीप मोदी अगली कबड्डी पाउंदा है किते रेड पैंदी किते लगदा है जफ्फा कबड्डी दी तां वक्खरी ही शान चमकीलिया रेड पा के रेडर जदों जाफी नाल खेंदा उदों आउंदे ने मैदानां च तूफान चमकीलिया अटरिया च रह के करे जिहड़े नाल इश्क खेड कबड्डी है महान चमकीलिया खेड कबड्डी है महान चमकीलिया सामने सिख सरदार नौजवान जफ्फा लाउंदा जतन करदा होया ओहदा कहिंदे नचणा गाउणा सी तेरा मान मर जाणा थाणे विच मोर्ची होणा सी जिवें साडे चरणजीत सिंह जी थियारा साहब पहुंचे होए है ओह कहिंदे आ कि जहान 14 फरवरी नूं गली नगर फरीद दी धरती ते तेरा भी चरणजीत सिंह थियारे वलों गोपे बैंस मान कढेरी वलों गोल्डी सूर दे वलों टीबे खाते वलों रकेश पंडित वलों ते तरिया दे चमकीले वलों लंडी जीप दे नाल सन्मान होना है सामने
अगली रेट पाता है कि साढ़े मखण शरीफ जिहड़े को हमेशा ही वड्डा आशीर्वाद दिंदे है। 1979 19 जनवरी बुढ़ी पिंडी ग्राउंड लोगों ने कबड्डी टकी है कि बलविंदर खेड़े को फरीद कोटिया ने टके इतिहास की गल कि रेड पा के मुकाबला पूंजहन्या वालू कर गया सी दूजे पासे वीरू वड्डे घर वाला बलविंदर खेड़े दी लत्तां विच पड़ गया सी। इधर गुरिंदर धालीवाल अगली कबड्डी पाउंदा है ਇਹ ਗੁਰਿੰਦਰ ਦੀ ਕਬੱਡੀ ਸਾਹਮਣੇ ਨੌਜਵਾਨ ਜੱਫਾ ਲਾਉਣ ਦਾ ਯਤਨ ਹੈਪੀ ਦੌਲਤ ਵਾਲਾ ਹੁਣ ਰੇਡਰ ਦੇ ਖਾਤਰ ਵਿੱਚ ਜੁੜਦਾ ਹੋਇਆ ਮੀਰੀ ਪੀਰੀ ਕਪੂਰਥਲਾ ਦੇ ਖਾਤਰ ਵਿੱਚ ਜੁੜਦਾ ਹੋਇਆ ਗਗਰੇ ਵਾਲਾ ਅਗਲਾ ਮੈਚ ਹਰਜੀਤ ਫਰੈਂਚ ਕਲੱਬ ਪੱਤੋ ਹੀਰਾ ਸਿੰਘ ਤੇ ਐਨਆਰਆਈ ਕਲੱਬ ਨੂੰ ਦੋਨੇ ਟੀਮਾਂ ਜਲਦੀ ਤੋਂ ਜਲਦੀ ਮੈਦਾਨ ਦੇ ਵਿੱਚ ਪਹੁੰਚਣ। ਐਨਆਰਆਈ ਕਲੱਬ ਨੂੰ ਤੇ ਹਰਜੀਤ ਫਰੈਂਚ ਕਲੱਬ ਪੱਤੋ ਹੀਰਾ ਸਿੰਘ ਦੋਨੇ ਟੀਮਾਂ ਜਲਦੀ ਤੋਂ ਜਲਦੀ ਮੈਦਾਨ ਦੇ ਵਿੱਚ ਪਹੁੰਚਣ। ਬਾਲ ਲਾਡੀ ਅਗਲੀ ਰੇਡ ਪਾਉਂਦਾ ਹੈ ਜਿੱਥੇ ਵੀ ਪਾਵਰ ਆਖਦਾ ਹੈ ਧਰਤੀ ਭੂਆ 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 ਕਰਦੀ ਹੈ। ਯਾਰ ਜਾਫੀਆਂ ਦੇ ਵਿੱਚ ਸ਼ੇਖ ਦੌਲਤ ਵਾਲਾ ਹੈਪੀ ਨੱਥੋਕੇ ਵਾਲਾ ਸੋਨਾ ਕਿੜਕ ਵਾਲਾ ਗੋੜਾ ਹੈਲੋ ਸਾਹਮਣੇ ਜਦੋਂ ਰੋੜੀਆਂ ਵਾਲਾ ਪੰਡਿਤ ਕਬੱਡੀ ਪਾਵੇਗਾ ਸਰਦਾਰ ਬਲਦੇਵ ਸਿੰਘ ਜੀ ਹੋਰਾਂ ਵੱਲੋਂ 500 ਸਰਦਾਰ ਨਿਰਮਲ ਸਿੰਘ ਜੀ ਹੋਰਾਂ ਵੱਲੋਂ 500 ਰੁਪਈਆ ਔਰ ਜੇ ਜੱਫਾ ਲੱਗੇਗਾ ਤੇ ਜਾਫੀ ਨੂੰ 500 ਰੁਪਈਆ ਦਿੱਤਾ ਜਾਵੇਗਾ ਪੰਡਿਤ ਦੀ ਕਬੱਡੀ ਦੇ ਉੱਪਰ। ਹਾਂਜੀ ਇਹ ਬਿਨਾਂ ਵੱਲੋਂ ਘੁੰਮਣ ਸਾਹਿਬ 500 ਰੁਪਈਆ ਚ ਨਿਰਮਲ ਸਿੰਘ ਜੀ ਸੋਤਾ ਆਖਾਂਗੇ ਪੰਜਾਬ ਕਬੱਡੀ ਅਕਾਦਮੀ ਕਲੱਬ ਐਸੋਸੀਏਸ਼ਨ ਜਿਨ੍ਹਾਂ ਦੇ ਸਪੌਂਸਰ ਨੇ ਸ਼ੀਲਾ ਸਮੀਪੁਰ ਸੁਰਿੰਦਰ ਮਾਣਕ ਲਾਲਾ ਮਾਣਕ ਸੁੱਖਾ ਚਾਕਾਂ ਵਾਲਾ ਕਨੇਡਾ ਤੋਂ ਲੱਖਾ ਕਾਜੀਪੁਰ ਹਰਬਿੰਦਰ ਲੱਡੂ ਜਹਾਂਗੀਰ ਅਮਰਜੀਤ ਪਾਰੂ ਜਸਵਿੰਦਰ ਸ਼ੂਗਰ ਬੰਤ ਨਿਜਰ ਉੱਥੇ ਇੰਗਲੈਂਡ ਤੋਂ ਸਾਡੇ ਹੋਰ ਵੀ ਸਪੌਂਸਰ ਨੇ ਉਹਨਾਂ ਦਾ ਧੰਨਵਾਦ ਕਰਾਂਗੇ। ਅਮਰੀਕਾ ਤੋਂ ਤੀਰਥ ਕਾਫਲ ਗਿੱਲ ਸੈਂਟਰ ਅਲੀ ਕਲੱਬ ਅਮਨ ਟਮਾਣਾ ਹੈਰੀ ਭੰਗੂ ਸੁੱਕੀ ਸੰਗੇੜਾ ਤੇ ਜਤਿੰਦਰ ਜੌਲ ਹੁਣਾਂ ਦਾ ਧੰਨਵਾਦ ਕਰਾਂਗੇ। ਸਾਹਮਣੇ ਹੈਪੀ ਮਲੀਆਂ ਵਾਲੇ ਦੀ ਕਬੱਡੀ ਹੈ ਲਾਓ ਨੌਜਵਾਨੋ ਜੱਖਾ ਅਵਤਾਰ ਸਿੰਘ ਜੀ ਧੂਠ ਸਾਹਿਬ ਪੱਲੇ ਪੱਲੇ ਹੋ ਗਈ ਹੈ ਇਹ ਅਵਤਾਰ ਧੂਠ ਅਮਰੀਕਾ ਤੋਂ ਆਇਆ ਹੈ ਕਬੱਡੀ ਗਰਾਊਂਡ ਦੇ ਲਈ ਡਾਲਰ ਨਾਲ ਲਿਆਇਆ ਹੈ ਮਨਜਿੰਦਰ ਧੂਠ ਕਿਹੜੀ ਪਾ ਕੇ ਪਾਸ ਕਨੇਡਾ ਨੂੰ ਤੁਰ ਗਿਆ ਹੈ ਅੱਜ ਰਵੀ ਧੂਠ ਹੋਰਾਂ ਦੀ ਬਦੌਲਤ ਧੂਠਾਂ ਵਿੱਚ ਮੇਲਾ ਜੁੜ ਗਿਆ ਹੈ ਬਲੀ ਧੂਤ ਨੇ ਬੜੀ ਮਿਹਨਤ ਕੀਤੀ ਬਲਵਿੰਦਰ ਸੋਹਣੀ ਮਾਈਕ ਤੋਂ ਬੋਲ ਸੁਣਾਈ ਜਾਂਦਾ ਕੋਈ ਹੈ ਜਹਾਨ ਜਾਰਾ ਮੇਲ ਹੈ ਜੋ ਵੱਖ ਵੱਖ ਰੰਗਾਂ ਦਾ ਖੇਡ ਕਬੱਡੀ ਦੇ ਪੰਜਾਬੀਆਂ ਦੇ ਲਾਉਂਦੀ ਹੈ ਡਾਕਟਰ ਗਗੜੇ ਵਾਲਾ ਪੁਆਇੰਟ ਮੋਜਨੇ ਵਾਲੇ ਦੇ ਖਾਤਰ ਵਿੱਚ ਜੁੜ ਗਿਆ ਪੁਆਇੰਟ ਜਾਫੀ ਦਾ ਹੋ ਗਿਆ ਅਮਨਦੀਪ ਮੋਤੀ ਅਗਲੀ ਰੇਡ ਪਾਉਣ ਲਈ ਬਿਲਕੁਲ ਤਿਆਰ ਵਰ ਤਿਆਰ ਗੱਲ ਦੇ ਵਿੱਚ ਸੁੱਖਾਂ ਦਾ ਤਬੀਬ ਮਾਂ ਨੇ ਕਿਸੇ ਪੀਰ ਦੇ ਦੁਆਲੇ ਤੇ ਜਾ ਕੇ ਪੁੱਤ ਦੀ ਖੈਰ ਮੰਗੀ ਹੋਣੀ ਹੈ ਤੇ ਪੀਰਾਂ ਦੀ ਰੱਖ ਤਬੀਬ ਜਿਹੜਾ ਗੱਲ ਦੇ ਵਿੱਚ ਪਾਇਆ ਹੋਣਾ ਮੂਵ ਸਪਰੇ ਜਿਹੜੀ ਹੈ ਉਹ ਮੈਦਾਨ ਦੇ ਵਿੱਚ ਅਪਰ ਦੀ ਕੀਤੀ ਜਾਵੇ। ਸਾਹਮਣੇ ਅਮਨਦੀਪ ਮੋਤੀ ਡਬਲ ਟੱਚ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਪੁਆਇੰਟ ਮੀਰੀ ਪੀਰੀ ਕਪੂਰਥਲਾ ਦੇ ਖਾਤੇ ਦੇ ਵਿੱਚ ਜੁੜ ਗਿਆ ਢੁੰਡੀ ਵਾਲਾ ਅਗਲੀ ਰੇਟ ਪਾਉਂਦਾ ਹੈ ਜਿੱਥੇ ਮਨਜੀਤ ਸਿੰਘ ਜੀ ਬਿੱਟੂ ਸਾਹਿਬ ਦਾ ਧੰਨਵਾਦ ਸੁਖਜੀਤ ਸਿੰਘ ਜੀ ਧੂਲ 5 ਸਾਲ ਦਾ ਅਸੀਂ ਧੰਨਵਾਦ ਕਰਾਂਗੇ। ਅਗਲੀਆਂ ਟੀਮਾਂ ਹਰਜੀਤ ਫਰੈਂਚ ਕਲੱਬ ਪੱਤੋ ਹੀਰਾ ਸਿੰਘ ਐਨਆਰਆਈ ਕਪੂਰਥਲਾ ਤੇ ਹਰਜੀਤ ਫਰੈਂਚ ਕਲੱਬ ਪੱਤੋ ਹੀਰਾ ਸਿੰਘ ਦੋਨੇ ਟੀਮਾਂ ਮੈਦਾਨ ਦੇ ਵਿੱਚ ਆ ਜਾਣ।
ਬਲੈਂਟੀਆ ਸੰਗੋਜਲੇ ਵਾਲਾ 500 ਦੀ ਰੇਡ ਵਾਲੀ 500 ਦਾ ਜੱਫਾ ਸਰਪੰਚ ਨਿਰਮਲ ਸਿੰਘ ਜੀ ਪੰਜ ਨਿਰਮਲ ਸਿੰਘ ਜੀ ਕਹਿੰਦਾ ਕਿ 500 ਦਾ ਜੱਫਾ ਜਿਹੜਾ ਵੀ ਪੰਡਤ ਨੂੰ ਜੱਫਾ ਲਾ ਜਾਵੇ ਉਹਨੂੰ 500 ਰੁਪਇਆ ਨਵਾਂ ਨਕੋਰ ਨੋਟ ਜਿਹੜਾ ਨਵਾਂ ਮੋਦੀ ਨੇ ਕੱਢਿਆ ਉਹ ਦਿੱਤਾ ਜਾਣਾ ਪੁਰਾਣੇ ਦਾ ਤੁਹਾਨੂੰ ਪਤਾ ਬੰਦ ਹੋ ਗਿਆ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਨਾਜ਼ਮ ਗਗੜਾ ਅਗਲੀ ਕਬੱਡੀ ਪਾਉਂਦਾ ਹੈ ਇਹ ਨਾਜ਼ਮ ਦੀ ਕਬੱਡੀ ਹੈ ਦਿੰਦੀ ਗਿੰਦੜੀ ਜਨਮ ਹੈ ਗਿੰਦੜਾਂ ਨੂੰ ਗੱਲ ਸ਼ੇਰ ਨਹੀਂ ਸਕਦੀ ਸ਼ੇਰ ਪੈਦਾ ਜੇਕਰ ਵਿੱਚ ਜ਼ਮੀਨ ਦੇ ਗਿੱਲ ਹੋਵੇ ਫਸਲ ਹੁੰਦੀ ਹੈ ਜ਼ਮੀਨ ਚੋਂ ਫੇਰ ਪੈਦਾ ਕੀਤੀ ਤਪੱਸਿਆ ਹੋਵੇ ਜਿਹਨਾਂ ਮਾਪਿਆਂ ਨੇ ਹੁੰਦੇ ਉਹਨਾਂ ਦੇ ਘਰ ਪਲੇਰ ਪੈਦਾ ਗੋਪੀ ਅਵਾਨ ਵਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਕਪੂਰਥਲਾ ਦੇ ਲਈ ਨੌਜਵਾਨ ਨਹੀਂ ਜੱਫਾ ਲਾ ਸਕਿਆ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਕਾਫੀ ਦਾ ਹੋ ਗਿਆ ਟਾਈਮ ਹੋ ਗਿਆ ਫਿਰ ਸਾਡੇ ਮੱਖਣ ਸਿੰਘ ਜਿਹੜੇ ਸਾਹਿਬ ਕਹਿੰਦੇ ਆ ਕਿ ਸਾਡਾ ਗੁਰਿੰਦਰ ਧਾਲੀਵਾਲ ਅਗਲੀ ਰੇਡ ਪਾਉਂਦਾ ਹੈ ਧਾਲੀਵਾਲ ਬੇਟ ਦਾ ਗੱਭਰੂ ਜਿਹਦਾ ਨਾਮ ਹੈ ਗੁਰਿੰਦਰ ਧਾਲੀਵਾਲ ਕਨੇਡਾ ਤੋਂ ਵੀ ਤਕੜਾ ਖੇਡੇ ਪੰਜਾਬ ਵੀ ਕਰੇ ਕਮਾਲ ਮੱਖਣ ਧਾਲੀਵਾਲ ਨੇ ਇਹਨੂੰ ਦਿੱਤੀ ਕਬੱਡੀ ਸਿਖਾਲ ਪੰਡਿਤ ਮਦਨ ਗੋਪਾਲ ਗੋਪਾ ਰਾਣਾ ਵਾਲਾ ਖਿਡਾਉਣ ਲੈ ਜਾਂਦਾ ਨਾਲ ਖਿਡਾਉਣ ਲੈ ਜਾਂਦਾ ਹੈ ਨਾਲ ਇਹ ਸਾਹਮਣੇ ਨੌਜਵਾਨ ਡਾਕਟਰ ਗਗੜੇ ਵਾਲਾ ਅਗਲੀ ਕਬੱਡੀ ਪਾਉਂਦਾ ਹੈ ਸਾਂਭਿਆ ਹੋਇਆ ਪਿੰਡਾ ਦੁਨੀਆ ਨਸ਼ਿਆਦਨ ਦੇ ਜਦ ਵੀ ਚਮਕਦੇ ਨੰਗੇ ਪਿੰਡੇ ਹੁੰਦੇ ਮੈਚ ਕਬੱਡੀ ਦੇ ਬਹਿ ਕੇ ਦੇਖ ਲਾ ਮੇਰੇ ਜੰਦੇ ਜੱਫਾ ਲਾਉਂਦਾ ਜੰਮਣ ਪੀਤਾ ਹੋਇਆ ਸਮਾਂ ਹੁੱਪ 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 ਚੰਨੇ ਦੇ ਤਾੜੀਆਂ ਮਾਰ ਦਿਓ ਬਡਾਲਾ ਮਾਹੀ ਵਾਲਾ ਚੰਨਾ ਹੈਲੋ ਸਰਬਜੀਤ ਸਿੰਘ ਜੀ ਯੂਐਸਏ ਵਾਲੇ ਸਾਡਾ ਲਾਈਵ ਮੈਚ ਦੇਖ ਰਹੇ ਨੇ ਉਹਨਾਂ ਵੱਲੋਂ ਸਾਨੂੰ ਵਧਾਈਆਂ ਨੇ ਸਰਬਜੀਤ ਸਿੰਘ ਜੀ ਯੂਐਸਏ ਸਾਡੇ ਹਿੰਦੂ ਬਜਾਜ ਜੀ ਬੈਲਜੀਅਮ ਤੋਂ ਬੈਲਜੀਅਮ ਦੀ ਧਰਤੀ ਤੇ ਜਦੋਂ ਵੀ ਜਾਈਦਾ ਵੱਡਾ ਮਾਣ ਦਿੰਦੇ ਆ ਹਿੰਦੂ ਬਜਾਜ ਜੀ ਬੈਲਜੀਅਮ ਤੋਂ ਜਿਹੜੇ ਮੇਰੀ ਪ੍ਰੀ ਕਪੂਰਥਲਾ ਦੇ ਵੀ ਪ੍ਰਮੋਟਰ ਨੇ ਉਹ ਅੱਜ ਪਹੁੰਚੇ ਨੇ ਸਾਹਮਣੇ ਨੌਜਵਾਨ ਰੇਡ ਪਾਉਂਦਾ ਕਿਉਂਕਿ ਯੂਰਪ ਦੀ ਧਰਤੀ ਯੂਰਪ ਦੇ ਵਿੱਚ ਤੱਕੇ ਮੈਂ ਕੰਪਿਊਟਰ ਪੰਪ ਚਲਾਉਂਦੇ ਗੱਡੀਆਂ ਵਿੱਚੋਂ ਉੱਤਰ ਕੇ ਲੋਕ ਆਪੇ ਡੇਲੇ ਪਾਉਂਦੇ ਪੰਜਾਬ ਵਿੱਚ ਪੰਪ ਹੁੰਦੇ ਨਿਤ ਵਰਦੇ ਭਾਣੇ ਸੀ ਸਣੇ ਮਸ਼ੀਨਾਂ ਲੋਕਾਂ ਨੇ ਪੱਟ ਕੇ ਲੈ ਜਾਣੇ ਇੱਧਰ ਹੈਪੀ ਮਲੀਆਂ ਵਾਲਾ ਅਗਲੀ ਰੇਡ ਪਾਉਂਦਾ ਹੈ ਹਰਜੀਤ ਕਲੱਬ ਪੱਧਰੀ ਵੱਲੋਂ ਇੱਕ ਪਾਸੇ ਗੋਪੀ ਅਮਾਨ ਨੌਜਵਾਨ ਨੇ ਮਾਰਿਆ ਜੱਫਾ ਲਾਉਣ ਚ ਕਾਮਯਾਬ ਹੋ ਗਿਆ ਕਿਉਂਕਿ ਸਮਾਂ ਬੀਤ ਗਿਆ ਹੈ ਸ਼ੀਸ਼ਾ ਦਿਲਦੇ ਰਿਸ਼ਤੇ ਟੁੱਟੇ ਜੁੜਦੇ ਨਹੀਂ ਉਮਰ ਪਾਣੀ ਦੇ ਵਕਤ ਪਛਾਣ ਮੁੜ ਮੁੱਤੀ ਗੋਪੀ ਧਾਲੀਵਾਲ ਦੇ ਅਗਲੀ ਕਬੱਡੀ ਪਾਉਂਦਾ ਚਮਕਦਾ ਹੋਇਆ ਪਿੰਡਾ ਬੰਦੂਕ ਤੋਂ ਵੀ ਦੁਨੀਆ ਡਰਦੀ ਹੈ ਸ਼ਮਸ਼ੀਰ ਤੋਂ ਵੀ ਦੁਨੀਆ ਡਰਦੀ ਹੈ ਦੁੱਧ ਮੱਖਣਾਂ ਨਾਲ ਜੋ ਪੜਿਆ ਹੋਵੇ ਤਕੜੇ ਸਰੀਰ ਤੋਂ ਵੀ ਦੁਨੀਆ ਡਰਦੀ ਹੈ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਡਾਕਟਰ ਗਗੜਾ ਅਗਲੀ ਰੇਡ ਪਾਉਂਦਾ ਹੈ ਰੇਡ ਖੜੀ ਕੀ ਵਿੱਚ ਤਾਂ ਬੈਲਦੀ ਹੋਵੇ ਪਿੰਡੇ ਚ ਫੁਰਤੀ ਦੇ ਬਾਜ ਵਰਗੀ ਸੋਹਣੀ ਖੇਡ ਕਬੱਡੀ ਜਹਾਨ ਯਾਰਾ ਜਿਹੜੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੀ ਸਾਹਮਣੇ ਨੌਜਵਾਨ ਨੇ ਖੁੱਜ ਪੱਟੀ ਹੋਈ ਹੈ ਬੀਤਾ ਹੋਇਆ ਸਮਾਂ ਇਹ ਚੰਨਾ ਬਡਾਲਾ ਮਾਹੀ ਵਾਲਾ ਲਗਾਤਾਰ ਜੱਫੇ ਲਾ ਰਿਹਾ ਹੈ ਕੋਈ ਲਾਵੇ ਇੱਕ ਜਾਂ ਦੋ ਜੱਫੇ ਕੋਈ ਵਿੱਚ ਥੋਕ ਦੇ ਭਰੇ ਜੱਫੇ ਜਹਾਨ ਯਾਰਾ ਜਦ ਕਿਸਮਤ ਖਰੀ ਹੋਵੇ ਲੱਗਦੇ ਉਸ ਵੇਲੇ ਨੇ ਖਰੇ ਜੱਫੇ ਸਰਦਾਰ ਬਲੀ ਸਿੰਘ ਜੀ ਕਪੂਤ ਬਹੁਤ ਸਾਰਾ ਮਾਣ ਪੰਜਾਬੀ ਮਾਂ ਬੋਲੀ ਦਾ ਕਬੱਡੀ ਦੇ ਬੋਲਾਂ ਦਾ ਕਰਦੇ ਹੋਏ ਸਰਦਾਰ ਬਲੀ ਸਿੰਘ ਜੀ ਧੂਤ ਜਿਹੜੇ ਕਿ ਅੱਜ ਦੇ ਕਬੱਡੀ ਕੱਪ ਦੇ ਮੇਨ ਪ੍ਰਬੰਧਕ ਨੇ ਉੱਥੇ ਪੱਜੋ ਦੇਦੇ ਵਾਲਾ ਸੰਦੀਪ ਵੀ ਪਹੁੰਚਿਆ ਹੋਇਆ
ਇਧਰ ਅਮਨਦੀਪ ਮੋਦੀ ਦੇ ਸਾਹਮਣੇ ਸਿੱਖ ਸਰਦਾਰ ਨੌਜਵਾਨ ਨਹੀਂ ਜੱਫਾ ਲਾ ਸਕਿਆ। ਉਹੀ ਜਿੱਤ ਦੇ ਬਾਜੀ ਪਿੰਡ ਦੁਨੀਆ ਜਿਹੜੇ ਜਿੱਤਾਂ ਲਈ ਬਾਜ਼ੀਆਂ ਹਾਰਦੇ ਨੇ, ਉੱਠ ਖਾਲਸਾ ਗੁਰੂ ਦੇ ਲਾਲ ਤੈਨੂੰ ਬਾਜਾ ਹੰਦ ਦੇ ਮਾਰਦੇ ਨੇ। ਰਮਨ ਢੁੰਡੀ ਵਾਲਾ ਅਗਲੀ ਏਰ ਪਾਉਂਦਾ ਹੈ, ਚਾਰ ਜਾਫੀਆਂ ਦੀ ਘੁੰਮਦੀ ਹੋਈ ਚੈਨ ਨੌਜਵਾਨ ਦਾ ਸਰੀਰ ਦੱਸਦਾ ਹੈ। ਤੜਕੇ ਉੱਠ ਕੇ ਮਿਹਨਤ ਲਾਉਂਦਾ ਹੋਣਾ ਏ, ਖੁਰਾਕ ਖਾ ਕੇ ਉਹਨੂੰ ਪਸੀਨੇ ਨਾਲ ਨਹਾਉਂਦਾ ਹੋਣਾ ਏ, ਰੇਡਰ ਦੇ ਖਾਤਰ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ। ਇਹ ਆ ਪੰਡਿਤ ਨਿਰਮਲ ਸਿੰਘ ਸੋਢੇ ਵਾਲਿਆਂ ਨੇ ਐਲਾਨ ਕੀਤਾ ਹੋਇਆ ਕਿ ਜਿਹੜਾ ਵੀ ਪੰਡਿਤ ਨੂੰ ਜੱਫਾ ਲਾਵੇ ਉਹਨੂੰ 500 ਰੁਪਏ ਦਾ ਨਵਾਂ ਨਕੋਡ ਨੋਟ ਜਿਹੜਾ ਦਿੱਤਾ ਜਾਵੇਗਾ। ਇਹ 500 ਦੀ ਕਬੱਡੀ ਹੈ, ਪਾ ਲਓ ਏਟੀਐਮ ਕਾਰਡ। ਉਂਝ ਭਾਵੇਂ ਏਟੀਐਮ ਅਜੇ ਤੱਕ ਨਹੀਂ ਚੱਲੇ, ਪਰ ਇੱਥੇ ਏਟੀਐਮ 500 ਵਿੱਚ ਚੱਲ ਸਕਦਾ। ਇੱਕ ਪਾਸੇ ਗੋਰਾ ਕਿਰਕ, ਜਿੱਥੋਂ ਦੇ ਮੱਖਣ ਦਾ ਨਾਮ, ਜਿੱਥੋਂ ਦੇ ਮੇਜਰ ਦਾ ਨਾਮ, ਜਿੱਥੋਂ ਦੇ ਪੌਲੀ ਕਿਰਕ ਦਾ ਨਾਮ ਕਬੱਡੀ ਇਤਿਹਾਸ ਦੇ ਵਿੱਚ ਸਿਦਾਇਕ ਬੰਨਿਆਂ ਦੇ ਵਿੱਚ ਦਰਜ ਹੈ। ਹੁਣ ਰੇਡਰ ਦੇ ਖਾਤਰ ਵਿੱਚ ਜੁੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ। ਗੰਗੜੇ ਵਾਲਾ ਪਿੰਡੇ ਨੂੰ ਲੱਗੀ ਆ ਮਿੱਟੀ, ਇਹਦਾ ਰੰਗ ਸੰਦੂਰੀ ਏ, ਇਹ ਗੋਰੀ ਚਿੱਟੀ ਏ, ਇਹਨੂੰ ਮੈਲੀ ਨਾ ਕਰਿਓ, ਇਹ ਮੇਰੇ ਪੰਜਾਬ ਦੀ ਮਿੱਟੀ ਏ। ਬਲਬੀਰ ਸਿੰਘ ਜੀ ਸੋਢੀ ਸਾਹਿਬ ਰੋਵਨ ਪੈਲਸ ਵਾਲੇ ਉਹਨਾਂ ਦਾ ਵੀ ਧੰਨਵਾਦ ਕਰਾਂਗੇ। ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ। ਆ ਨੌਜਵਾਨ ਹੈਪੀ ਧਾਲੀਵਾਲ, ਜਿਸ ਵੇਲੇ ਮੁੰਡਾ ਕੋਈ ਰੇਡ ਪਾਉਂਦਾ ਏ ਉਸ ਵੇਲੇ ਲੋਕਾਂ ਨੂੰ ਨਜ਼ਾਰਾ ਆਉਂਦਾ ਏ, ਧਰਤੀ ਦੇ ਉੱਤੇ ਉਦੋਂ ਟੋਏ ਪੈਂਦੇ ਨੇ, ਮੋਹਰੇ ਜਦੋਂ ਆਵੇ ਕੋਈ ਜੱਫਾ ਲਾਉਣ ਨੂੰ ਟੱਕ ਟੱਕ ਜਿਸ ਨੂੰ ਹੈ ਜੋਸ਼ ਚੱਲਦਾ, ਕਬੱਡੀ ਖੇਡ ਖੇਡ ਕੇ ਪਟਾਕੇ ਪਾਉਣ ਨੂੰ। ਪੁਆਇੰਟ ਰੇਡਰ ਦੇ ਖਾਤਰ ਵਿੱਚ, ਪੁਆਇੰਟ ਮੇਰੀ ਪੀੜੀ ਕਪੂਰਥਲਾ ਦੇ ਖਾਤਰ ਵਿੱਚ ਜੁੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ। ਮਿੱਤਰਾਂ ਦਾ ਰੰਗ ਮੇਰਾ ਫੀਮ ਵਰਗਾ, ਇਹ ਖਾਰ ਦੀਆਂ ਧੁੱਪਾਂ ਵਿੱਚ ਤੋਂ ਵੀ ਰਵੀ ਭਾਜੀ ਕਨੇਡਾ ਵੱਲੋਂ 500 ਰੁਪਇਆ ਇਸ ਨੌਜਵਾਨ ਵਾਸਤੇ ਮਾਨ ਸਨਮਾਨ। ਸੌਖੀ ਨੀ ਕਬੱਡੀ ਮਿੱਤਰੋ, ਪੈਂਦੇ ਸੱਪ ਦੀ ਸਰੀਰ ਤੋਂ ਨੋਟ ਚੱਕਣੇ। ਸੌਖੀ ਨੀ ਕਬੱਡੀ ਮਿੱਤਰੋ, ਸਾਡੇ ਭਗਵਾਨ ਸਿੰਘ ਜੀ ਖਿਆਲੇ ਵਾਲੇ ਜਿਹਨਾਂ ਨੇ ਟੋਖੀ ਨੂੰ ਵੀ ਕਬੱਡੀ ਖੇਡਿਆ ਤੱਕਿਆ ਹੋਣਾ, ਜਿਹਨਾਂ ਨੇ ਗਰਾਇਆਂ ਵਾਲੇ ਦੀਪੇ ਨੂੰ ਵੀ ਤੱਕਿਆ ਹੋਣਾ, ਕਬੱਡੀ ਦੇ ਮਹਾਨ ਪ੍ਰੇਮੀ ਨੇ। ਐਦਰ ਨੌਜਵਾਨ ਮੋਦੀ ਤੇਰੀ ਵਾਲਿਆ ਅਗਲੀ ਰੇਟ ਪਾਉਂਦਾ, ਅੱਗੇ ਨੂੰ ਵਧਿਆ ਲਾ ਨੌਜਵਾਨ ਜੱਫੇ ਸਾਹਮਣੇ। ਨੌਜਵਾਨ ਸੋਨਾ ਜੱਫਾ ਲਾਉਣ ਦਾ ਯਤਨ ਕਰਦਾ ਹੋਇਆ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ। ਜਵਾਨੀ ਕਬੱਡੀ ਖੇਡ ਕੇ ਸ਼ੂਕਰੀਏ, ਜਿਵੇਂ ਕਿਸੇ ਸਾਗਰ ਦੀ ਸੱਲ ਹੁੰਦੀ ਪਾ ਕੇ ਦਿਲ ਉੱਤੇ, ਕਿਤੇ ਜੱਫੇ ਲਾ ਕੇ ਧਰਤੀ ਮਲ ਹੁੰਦੀ, ਹੋਰ ਕਿਸੇ ਖੇਤਰ ਵਿੱਚ ਨਹੀਂ ਬਣਦੀ। ਜਿਵੇਂ ਕਬੱਡੀ ਚ ਬਣੀਓ ਪੰਜਾਬੀ ਦੀ ਭਲ ਹੁੰਦੀ, ਜਹਾਨ ਜਾਲਾ ਗਰਾਉਂਡਾਂ ਨੂੰ ਹੁਸਨ ਚੜਦਾ ਜਦੋਂ ਖੇਡ ਕਬੱਡੀ ਦੀ ਗੱਲ ਹੁੰਦੀ। ਇੱਕ ਪਾਸੇ ਗੁਰਪ੍ਰੀਤ ਗੋਪੀ ਅਮਾਨ, ਜੋਬਨ ਦਾ ਪੇਂਡੂ ਰਮਦਾਸ ਦੇ ਏਰੀਏ ਦਾ ਖਿਡਾਰੀ, ਅਜਨਾਲੇ ਦੇ ਏਰੀਏ ਦਾ ਖਿਡਾਰੀ ਜੱਫਾ ਲਾਉਂਦਾ, ਮੈਂ ਇੱਥੇ ਦੇ ਢੋਲਕ ਨਾਲੇ ਅੰਮ੍ਰਿਤਸਰੀਏ ਬੜੇ ਦਿਲ ਲਾਏ, ਜਿਹਨਾਂ ਪਿਆਰ ਦਿਲਾਂ ਵਿੱਚ ਪਾਲੇ। ਨੌਜਵਾਨ ਡਾਕਟਰ ਗਗਰੇ ਵਾਲਾ ਜੱਫਾ ਖਾ ਗਿਆ, ਹੁਣ ਜਾਫੀ ਦੇ ਖਾਤਰ ਵਿੱਚ ਜੁੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ। ਪੰਡਿਤ 500 ਦੀ ਕਬੱਡੀ ਹੈ, ਨਿਰਮਲ ਸਿੰਘ ਜੀ ਸੋਤਲਾ ਵੱਲੋਂ 500 ਰੁਪਇਆ ਹੋਵੇਗਾ ਜਿਹੜਾ ਵੀ ਇਸ ਨੌਜਵਾਨ ਨੂੰ ਜੱਫਾ ਲਾਵੇਗਾ ਜਾਫੀਆਂ ਦੇ ਵਿੱਚ। ਸਾਹਮਣੇ ਨੌਜਵਾਨ ਨਹੀਂ ਜੱਫਾ ਲਾ ਸਕਿਆ, ਇੱਕ ਦੌਲਤ ਵਾਲਾ ਬਿੱਕੀ। ਪੁਆਇੰਟ ਰੇਡਰ ਦੇ ਖਾਤੇ ਵਿੱਚ ਜੁੜ ਗਿਆ ਰਮਨ ਢੁੰਡੀ ਵਾਲਾ ਅਗਲੀ ਰੇਟ ਪਾਉਂਦਾ, ਅੱਗੇ ਲੁਤਫ ਹੈ ਜਿਹੜਾ ਹੋਰ ਖੇਡਾਂ ਨਾਲੋਂ ਵੱਖਰਾ ਹੀ। ਰੰਗਲੇ ਪੰਜਾਬ ਦੀ ਤਾਂ ਸ਼ਾਨ ਹੈ ਕਬੱਡੀ ਜੀ, ਪਾਉਂਦੇ ਨੇ ਪ੍ਰੀਤਾਂ ਜਿਹੜੇ ਇਹਦੇ ਨਾਲ ਦੋਸਤੋ, ਉਹਨਾਂ ਲਈ ਤੇ ਬਣ ਜਾਂਦੀ ਮਾਣ ਹੈ ਕਬੱਡੀ ਜੀ। ਜੋ ਤਕਨੀਕ ਦਾ ਇਹ ਸੋਹਣਾ ਜਾਫ ਮਿਲ ਜਾਵੋ ਲਾ ਕੇ ਖੇਡ ਹੁੰਦੀ ਪੂਰੀ ਜਾਨ ਹੈ ਕਬੱਡੀ ਜੀ। ਪੈਂਦੇ ਨੇ ਪਟਾਕੇ ਜਦੋਂ ਫਸਦੀਆਂ ਗੁੰਡੀਆਂ ਨੇ, ਦਿਲਾਂ ਵਿੱਚ ਫੇਰ ਦਿੰਦੀ
दान है कबड्डी पॉइंट नमन ढुड्डी वाले का हरजीत क्लब बदनी का हो गया है सामने लाडी अगली एक पौन है फिर ते सरदारी भी कहम है फिर लख दा लख जावे सिख जी कैम रहे सरदारी मैनू सिख प्यारा नहीं सिख तो पहला रहत प्यारी दुनिया दे तख्ते ते पकड़ा सिख दिसूगा मेरा सरबंस दानी आवे जिना कौन दूंगा तेरा पॉइंट रेडम दे खातर विच पॉइंट मिली मिली कपूरथला दे खातर विच जुड़ा हुआ है दो नंबर से गोपी नारी चन्ना पटाला माही संजीव अवान इधर नारा मुकाबला होता है जब ये नौजवान होता है फिर जीत का ज्यादा मजबूती है पॉइंट क्या फिर एक खाते के नौजवान ने सट लगी है गुरु महाराज क्या किया कला वक्षण कदे मोरो या फिर डकदाई कदे पिछियों तो हाँ बज दिया कई यार कुछ का जरूर खिलाड़ियां दे सत्ता भी नहीं लगनियां ठीक है सब कुछ हो जाता लव सतगुरदानी छटीरा हीरा बन जाता जिनू लग दे इश्क बड़ी दा हैप्पी अगलिया टीम हरजीत फ्रंट क्लब पत्तो हीरा सिंह ते एनआरआई क्लब नुकोद दोनों टीम मैदान दे विच आ जाण मैच मुक्कण वाला है एनआरआई क्लब नुकोद ते दूजे पासे हरजीत फ्रेंड क्लब पत्तो हीरा सिंह माइक पे होंगे दुनिया के महान बुलाए मखन जिन्हों का मनजिंदर धूत होरा दे नाल रवि धूत होरा दे नाल भरावां वर्गा प्यार गुरबिंदर समाध भाई देर पाउंदा होया समाध भाई वाला गुरबिंदर हैलो साडे वास्ते कमेटी वास्ते खुश कर भी जा करे अवतार सिंह जी तारी जो साडे पिंड सोलरा दे उत्ते नशाके रहण बसेरा करदे ने उन्होंने पहला 5000 सानू दित्ता सी चार क दिन पहला ते अज ओह इस टूर्नामेंट तों खुश हो गए 5000 सानू होर दे गए अपनी जिहड़ी हेल्परां सी उहदे विच 10000 दा वाधा कीता सी धन्नवादी हां जी अवतार सिंह जी सोलरे वाले सरदार अवतार सिंह जी तारी मोतले पिंड वाले बहुत बड़ा मान ते बहुत बड़ा सत्कार सामने क्रिक वाला गोरा मोती को जफा लाने का यतन करता हुआ है नौजवान ने जंग पलंगा पाया जाफी के खातर क्रिक पिंड है मोगे के लागे 100 रुपया जसमीत धूत वालों स्टॉपर वास्ते जसमीत धूत वालों 100 रुपये स्टॉपर वास्ते मान सम्मान सामने रौना ढुड्डी वा नौजवान का सोभा सिद्धी तस्वीर वर्गा शरीर है नीतू कदे कदे सियाला वाली हील लगती सोभा सिद्धी बनाई तस्वीर लगती रेडर के खाते पॉइंट हरजीत क्लब पदड़ी के खाते जुड़ता हुआ अज ढूटा की धरती से जिमें तस्वीर फेसबुक के उ नौजवान सिरा लिख दें अज सिरा हो रहा धरती से सामने पंडित अगली कबड्डी पाउंदा है दोनों टीमों नू पंडित मदन गोपाल जी कहंदे आ कि 2 मिंट का टाइम है जे 2 मिंटां दे विच नहीं आउंदियां ते फाइन होवेगा हरजीत फ्रंट क्लब पत्तो हीरा सिंह ते दूए पासे हैलो एनआरआई क्लब नू खुद साडे विच खिडारी लखा भाई कोठे जट्टां तों हाथ खड़ा कर ली लखा भाजी कोठे जटा तो खड़ा अगले साल एक मुंदरी पैनी है जेडी मुंदरी सबका सरपंच सरदार बलबीर सिंह जी धूत पाउणगे लखा कोठे जटा चौहान साहब मेरी क्लब के साढ़े बताली